ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਬਸਤ ਪਏ ਸ੍ਰੀ ਸਤਗੁਰੂ ਆਪਣੇ ਪੁਰ ਕਰਤਾਰ ਬ੍ਰਿੰਦ ਸੰਗਤਾ ਦਿਸ਼ਨਤੇ ਆਵਹਿ ਚਲੀ ਉਦਾਰ ਬਸਤ ਪਏ ਸ੍ਰੀ ਸਤਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦਇਆਲ ਕਰुणा निधान ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਦਸਾਂ ਪਤਸ਼ਾਹੀਆਂ ਦੇ ਜੋਤ ਸਰੂਪ ਪ੍ਰਤੱਖ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏ ਮਾਨ ਗੁਰੂ ਕੀ ਸਾਜੀ ਔਰ ਨਿਵਾਜੀ ਸਾਧ ਸੰਗਤ ਜੀਓ ਆਓ ਗੁਰ ਇਤਿਹਾਸ ਦੀ ਕਥਾ ਵਿਚਾਰ ਸੁਣੀਏ ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦੇ ਪ੍ਰਸੰਗ ਜਿਵੇਂ ਕੱਲ ਦੇ ਦੀਵਾਨ ਵਿੱਚ ਸਰਵਣ ਕਰਾਏ ਗਏ ਹਨ ਸਤਿਗੁਰੂ ਹਰ ਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗਿ੍ਰਤਵਰ ਸਾਹਿਬ ਤੋਂ ਚੱਲ ਕੇ ਦੁਆਬੇ ਵਿੱਚ ਕਰਤਾਰਪੁਰ ਸਾਹਿਬ ਵੱਲ ਨੂੰ ਜਾ ਰਹੇ ਮਹਾਰਾਸਤੇ ਵਿੱਚ ਜਾਂਦਿਆ ਹੋਇਆ ਆਪ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਜਕ ਅੱਗੇ ਸਨ ਸਤਿਗੁਰੂ ਸਾਹਿਬ ਜੀ ਦੇ ਪਰਿਵਾਰ ਵਾਲਾ ਜੋ ਵਹੀਰ ਹੈ ਪਿੱਛੇ ਆ ਰਿਹਾ ਸੀ ਉਹਨਾਂ ਤੋਂ ਪਿੱਛੇ ਭਾਈ ਗਵਰਾ ਆ ਰਿਹਾ ਸੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਜਾਣ ਤੇ ਰਾਹ ਵਿੱਚੋਂ ਹੀ ਮੁਗਲਸ ਖਾਨ ਦਾ ਪੋਤਾ ਫੌਜਾਂ ਸਮੇਤ ਦਿੱਲੀ ਵੱਲ ਨੂੰ ਜਾ ਰਿਹਾ ਸੀ ਉਸ ਨੇ ਪਤਾ ਕੀਤਾ ਕਿ ਕਿੰਨਾ ਦਾ ਇਹ ਵਹੀਰ ਜਾ ਰਿਹਾ ਹੈ ਤਾਂ ਵਹੀਰ ਨੂੰ ਰੋਕ ਕੇ ਲੁੱਟਣ ਦਾ ਯਤਨ ਕੀਤਾ ਭਾਈ ਗਵਰਾ ਜੀ ਪਿੱਛੇ ਪਿੱਛੇ ਆ ਰਹੇ ਸਨ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਵਹੀਰ ਦੇ ਵਿੱਚੋਂ ਇੱਕ ਸੇਵਕ ਨੇ ਜਾ ਕੇ ਦੱਸਿਆ ਸਤਿਗੁਰਾਂ ਨੇ ਕਿਹਾ ਜੇ ਭਾਈ ਗਵਰਾ ਪਿੱਛੇ ਸੂਰਮਿਆਂ ਸਮੇਤ ਆਉਂਦਾ ਹੈ ਤਾਂ ਪੇ ਸੰਭਾਲ ਕੇ ਵਹੀਰ ਨੂੰ ਸੰਬੰਧੀਆਂ ਨੂੰ ਆਪਣੀਆਂ ਮਾਤਾਵਾਂ ਨੂੰ ਨਾਲ ਲੈ ਆਵੇਗਾ ਭਾਈ ਗਵਰਾ ਜੀ ਨੇ ਪਤਾ ਪਤਾ ਕੀਤਾ ਕਿ ਕੌਣ ਹੈ ਰੋਕਣ ਵਾਲਾ ਜਿਸ ਨੇ ਵਹੀਰ ਨੂੰ ਰੋਕਿਆ ਹੈ ਇੱਕ ਸੂਰਮੇ ਨੂੰ ਭੇਜਿਆ ਜਿਸ ਵੇਲੇ ਉਹਨਾਂ ਨੇ ਅੜ ਕੇ ਰੁਕਣ ਦਾ ਯਤਨ ਕੀਤਾ ਤੁਰਕਾਂ ਦੀਆਂ ਫੌਜਾਂ ਨੇ ਤਾਂ ਉਸ ਵਕਤ ਭਾਈ ਗਵਰੇ ਨੇ ਸੂਰਮਿਆਂ ਸਮੇਤ ਹੋ ਕੇ ਉਹਨਾਂ ਨਾਲ ਜੰਗ ਕੀਤਾ ਤੇ ਸਾਰੇ ਵਹਿਰ ਨੂੰ ਸੁਰੱਖਿਅਤ ਸਤਗੁਰਾਂ ਵੱਲ ਪਹੁੰਚਾ ਦਿੱਤਾ ਹੈ ਜੰਗ ਵਿੱਚ ਫਤਿਹ ਕੀਤੀ ਹੈ ਸ਼ਾਮ ਦਾ ਸਮਾਂ ਹੋਇਆ ਤਾਂ ਆਪਣੀ ਹਾਰ ਹੁੰਦੀ ਜਾਣ ਕੇ ਤੁਰਕ ਲੜਨੋਂ ਹਟ ਗਏ ਦਿੱਲੀ ਵੱਲ ਨੂੰ ਚੱਲ ਪਏ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵਹਿਰ ਦੀ ਉਡੀਕ ਵਿੱਚ ਅੱਗੇ ਰੁਕੇ ਸਨ ਜਦੋਂ ਸਾਰਾ ਵਹਿਰ ਆਣ ਕੇ ਮਿਲ ਗਿਆ ਹੈ ਪਤਾ ਕੀਤਾ ਤਾਂ ਸਤਿਗੁਰੂ ਮਹਾਰਾਜ ਸਾਹਿਬ ਨੇ ਭਾਈ ਗੌਰੇ ਦੀ ਬਹਾਦਰੀ ਸੁਣ ਕੇ ਆਪਣੇ ਕੋਲ ਸੱਦਿਆ ਦੋ ਵਾਰ ਸੁਨੇਹਾ ਭੇਜਣ ਤੇ ਪਹਿਲਾ ਨਹੀਂ ਆਇਆ ਤਾਂ ਤੀਸਰੀ ਵਾਰ ਜਦੋਂ ਸੁਨੇਹਾ ਭੇਜਿਆ ਕਿ ਜੇ ਤੂੰ ਨਹੀਂ ਆਉਂਦਾ ਤਾਂ ਅਸੀਂ ਤੇਰੇ ਕੋਲ ਪਹੁੰਚਦੇ ਹਾਂ ਇਹ ਸੁਣ ਕੇ ਛੇਤੀ ਭਾਈ ਗौरा ਸਤਿਗੁਰੂ ਮਹਾਰਾਜ ਸਾਹਿਬ ਦੇ ਪਾਸ ਪਹੁੰਚਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਨੇ ਇਸ ਦੀ ਇੱਛਾ ਪੁੱਛੀ ਹੈ ਤਾਂ ਇਸ ਨੇ ਬਖਸ਼ਾਉਣ ਬਖਸ਼ਣ ਵਾਸਤੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰਕੇ ਮੈਨੂੰ ਬਖਸ਼ ਲਓ ਤਾਂ ਜਿਹੜੇ ਬਚਨ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਭਾਈ ਜਸੇ ਨੂੰ ਮਾਰਨ ਤੇ ਇਸ ਦਾ ਇਹ ਅਪਰਾਧ ਜਾਣ ਕੇ ਇਸ ਪਰਥਾਏ ਕੀਤੇ ਸਨ ਜੂਨਾ ਪੁਗਤਣ ਦੇ ਉਹ ਸਭ ਵਚਨ ਮਹਾਰਾਜ ਸਾਹਿਬ ਜੀ ਨੇ ਫਿਰ ਬਖਸ਼ ਲਏ ਉਹਨਾਂ ਸ਼ਰਾਫ ਦੇ ਬਚਨਾਂ ਤੋਂ ਜੂਨਾ ਭੋਗਣ ਦੇ ਦੁੱਖ ਤੋਂ ਮਹਾਰਾਜ ਸਾਹਿਬ ਨੇ ਛੁਟਕਾਰੇ ਵਾਸਤੇ ਵਚਨ ਆਖਿਆ ਨਾਲ ਆਖਿਆ ਕਿ ਅੰਸਵੰਸ ਵੀ ਬਹੁਤ ਵਧੇਗੀ ਤੇ ਫਾਹੀ ਦੀ ਮੌਤ ਵੀ ਤੈਨੂੰ ਨਹੀਂ ਮਰਨਾ ਪਏਗਾ ਇਹ ਸੁਣ ਕੇ ਬੇਨਤੀ ਕਰਕੇ ਸਾਹਿਤ ਦੀ ਮੌਤੇ ਮਰਨ ਦਾ ਜੋ ਸਰਾਪ ਦਾ ਬਚਨ ਹੈ ਆਪ ਪਾਈ ਗੌਰੇ ਨੇ ਰੱਖਿਆ ਕਿ ਮਹਾਰਾਜ ਇੱਕ ਤਾਂ ਬਚਨ ਆਪ ਜੀ ਦਾ ਪੂਰਾ ਹੋਵੇ ਨਹੀਂ ਤਾਂ ਨਸ਼ਰਦਕ ਆਖਣਗੇ ਸ਼ੰਕਾਵਾਦੀ ਕਿ ਗੁਰੂ ਕਾ ਬਚਨ ਇੱਕ ਵੀ ਕਿਉਂ ਨਾ ਪੂਰਾ ਹੋਇਆ ਸੁਣ ਕੇ ਮਹਾਰਾਜ ਨੇ ਕਿਹਾ ਕਿ ਜਿਹੜੇ ਭਾਵਨਾ ਵਾਲੇ ਸਿੱਖ ਹੈ ਤੇਰੇ ਵਰਗੀ ਭਾਵਨਾ ਉਹਨਾਂ ਦੇ ਮਨ ਵਿੱਚ ਹੁੰਦੀ ਹੈ ਇਹੋ ਜਿਹੀ ਹੀ ਭਾਵਨਾ ਸਿੱਖਾਂ ਦੇ ਮਨ ਵਿੱਚ ਗੁਰੂ ਸਾਹਿਬ ਜੀ ਦਾ ਸਤਕਾਰ ਕਾਇਮ ਰੱਖਣ ਦੀ ਹੋਣੀ ਚਾਹੀਦੀ ਹੈ ਮਹਾਰਾਜ ਸਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ ਭਾਈ ਗੌਰੇ ਨੇ ਸਤਿਗੁਰੂ ਸਚੇ ਪਾਤਸ਼ਾਹ ਜੀ ਨੇ ਭਾਈ ਗੌਰੇ ਨੂੰ ਆਪਣੇ ਇਲਾਕੇ ਬਠਿੰਡੇ ਦੇ ਵਿੱਚ ਜਾ ਕੇ ਇਲਾਕੇ ਵਿਖੇ ਰਾਜ ਪ੍ਰਬੰਧ ਸੰਭਾਲਣ ਵਾਸਤੇ ਵਚਨ ਕੀਤਾ ਕਿ ਕਈ ਦਿਨ ਹੋ ਗਏ ਤੈਨੂੰ ਆਇਆ ਨੂੰ ਹੁਣ ਉਧਰ ਆਪਣੇ ਇਲਾਕੇ ਵਿੱਚ ਜਾ ਇੱਕ ਰਾਤ ਉਥੇ ਨੇੜੇ ਡੇਰਾ ਰੱਖ ਕੇ ਪਾਈ ਗਵਰੇ ਨੇ ਉਥੋਂ ਚਾਲਾ ਪਾਇਆ ਸਤਿਗੁਰਾਂ ਨੂੰ ਨਮਸਕਾਰ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਉਥੋਂ ਚਾਲੇ ਪਾਏ ਜੋ ਲੁਧਿਆਣੇ ਵੱਲ ਦੇ ਪਾਸੇ ਵੱਲੋਂ ਪੂਰਬ ਵੱਲ ਦਾ ਜਿਹੜਾ ਕਿਨਾਰਾ ਸਤਲੁਜ ਦਰਿਆ ਦਾ ਉਸ ਤਰਫੋਂ ਦੀ ਆ ਰਹੇ ਸਨ ਸਤਲੁਜ ਦਰਿਆ ਦੇ ਨੇੜੇ ਆਣ ਕੇ ਸਤਲੁਜ ਦਰਿਆ ਨੂੰ ਪਾਰ ਕੀਤਾ ਬੇੜਿਆਂ ਰਾਹੀਂ ਪਾਰ ਹੋਏ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਹਿੰਦੇ ਵਾਲੇ ਪਾਸੇ ਵੱਲ ਆਪਣਾ ਡੇਰਾ ਕੀਤਾ ਰਾਤ ਪੜਾ ਕੇ ਕਰਕੇ ਅਗਲੇ ਦਿਨ ਫਿਰ ਕਰਤਾਰਪੁਰ ਸਾਹਿਬ ਪਹੁੰਚੇ ਜਿੱਥੇ ਸਤਗੁਰੂ ਮਹਾਰਾਜ ਸਾਹਿਬ ਜੀ ਦਾ ਵੱਡੇ ਭਰਾਤਾ ਬਾਬਾ ਧੀਰਵਲ ਅੱਗੇ ਆਣ ਕੇ ਮਹਾਰਾਜ ਸਾਹਿਬ ਨੂੰ ਬੜੇ ਹੀ ਪਿਆਰ ਸਤਿਕਾਰ ਸਹਿਤ ਮਿਲੇ ਆ। ਨਗਰ ਨਿਵਾਸੀ ਸੰਗਤਾਂ ਵਿੱਚ ਸਤਿਗੁਰੂ ਸਾਹਿਬ ਜੀ ਦੇ ਆਣ ਕੇ ਦਰਸ਼ਨ ਕਰਦੇ ਕਰਦੀਆਂ। ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਬਹੁਤ ਖੁਸ਼ੀ ਹੋਈ। ਸਤਿਗੁਰਾਂ ਦੇ ਸੂਰਮਿਆਂ ਨੇ ਵੱਖ ਬਾਗ ਦੇ ਨੇੜੇ ਡੇਰਾ ਕੀਤਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਹਿਲਾ ਨੇ ਸਾਡੇ ਮਾਤਾਵਾਂ ਜੀ ਨੇ ਬਣੇ ਹੋਏ ਅਸਥਾਨਾਂ ਕਾਰਾਂ ਦੇ ਵਿੱਚ ਆਪਣਾ ਨਿਵਾਸ ਕੀਤਾ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਵੀ ਸ੍ਰੀ ਕਰਤਾਰਪੁਰ ਵਿਖੇ ਡੇਰਾ ਲੱਗਿਆ ਇਸ ਪ੍ਰਸੰਗ ਦੀ ਵਿਚਾਰ ਵਿਸਥਾਰ ਪੂਰਵਕ ਪਿਛਲੇ ਦੀਵਾਨ ਵਿੱਚ ਸਰਵਣ ਕਰਾਈ ਗਈ ਹੈ ਅੱਗੇ ਜਿਵੇਂ ਕਥਾ ਆ ਰਹੀ ਹੈ ਆਓ ਪ੍ਰੇਮ ਸ਼ਰਦਾ ਭਾਵਨਾ ਸਹਿਤ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਬਸਤ ਪਏ ਸ੍ਰੀ ਸਤਿਗੁਰੂ ਸਤਿਗੁਰੂ ਹਰ ਰਾਏ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਕਰਤਾਰਪੁਰ ਨਗਰ ਵਿਖੇ ਦੁਆਬੇ ਵਿੱਚ ਜਾ ਕੇ ਵਸੇ ਹਨ ਆਪਣੇ ਪੁਰ ਕਰਤਾਰ ਆਪਣਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਸ੍ਰੀ ਕਰਤਾਰਪੁਰ ਸਾਹਿਬ ਨਗਰ ਹੈ ਦੁਆਬੇ ਵਿੱਚ ਬ੍ਰਿੰਦ ਸੰਗਤਾ ਦਿਸ਼ਨਤੇ ਤੇ ਵਖ ਵਖ ਦਿਸ਼ਾਵਾਂ ਤੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਪਹੁੰਚੀਆਂ ਆਵਹਿ ਚਲੀ ਉਦਾਰ ਤੇ ਬਹੁਤ ਸਾਰੀਆਂ ਸੰਗਤਾਂ ਚਲੀਆਂ ਆਉਂਦੀਆਂ ਗੁਰੂ ਕੇ ਹਜ਼ੂਰ ਦਰਸ਼ਨ ਕਰਨ ਲਈ ਚੌਪਈ ਪੁਰਬ ਦਿਵਸ ਮਹਿ ਲਾਗੇ ਮੇਲਾ ਤੇ ਜਿਸ ਵੇਲੇ ਪਰਬ ਦਿਵਸ ਮਹਿ ਲਾਗੇ ਮੇਲਾ ਜਦੋਂ ਕੋਈ ਪਰਬ ਦਾ ਦਿਨ ਹੁੰਦਾ ਵਸਾਖੀ ਦਾ ਦਿਨ ਹੁੰਦਾ ਹੈ ਜਾਂ ਦੀਵਾਲੀ ਦਾ ਦਿਨ ਹੁੰਦਾ ਹੈ ਸੋ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਭਾਰੀ ਜੋੜ ਮੇਲਾ ਸੰਗਤਾਂ ਦਾ ਇਕੱਠ ਹੁੰਦਾ ਪੁਰ ਗ੍ਰਾਮਨ ਤੇ ਹੋਏ ਸਕੇਲਾ ਤੇ ਨਗਰਾਂ ਤੋਂ ਵੱਖ-ਵੱਖ ਪਿੰਡਾਂ ਸ਼ਹਿਰਾਂ ਤੋਂ ਲੋਕ ਇਕੱਠੇ ਹੋ ਕੇ ਜੋੜ ਮੇਲੇ ਵਿੱਚ ਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਹਨ ਸੰਤ ਮਹੰਤ ਮਸੰਦ ਵਿਸਾਲੈ ਤੇ ਹੋਰ ਵੀ ਸੰਤ ਲੋਕ ਵੀ ਆਉਂਦੇ ਐ ਡੇਰੇਦਾਰ ਮਹੰਤ ਸੰਸਥਾਵਾਂ ਦੇ ਜਿਹੜੇ ਮੋਰੀ ਹਲ ਔਰ ਹੋਰ ਵੀ ਮਸੰਦ ਵਿਸਾਲਾ ਤੇ ਮਸੰਦ ਸੇਵਕ ਵੀ ਚੱਲ ਕੇ ਆਉਂਦੇ ਸਤਿਗੁਰੂ ਜੀ ਦੇ ਪਾਸ ਪਹੁੰਚੇ ਤਜ ਨਿਜ ਦੇਸ਼ਨ ਜਾਲੈ ਤੇ ਆਪਣੇ ਬਹੁਤ ਸਾਰੇ ਦੇਸ਼ਾਂ ਇਲਾਕਿਆਂ ਨੂੰ ਛੱਡ ਕਰਕੇ ਹੋਰ ਵੀ ਆਪਣੇ ਨਾਲ ਗੁਰੂ ਘਰ ਦੇ ਪ੍ਰੇਮੀਆ ਨੂੰ ਸੰਗਤ ਨੂੰ ਲੈ ਕੇ ਆਉਂਦੇ ਹਨ ਸਤਿਗੁਰੂ ਜੀ ਦੇ ਹਜੂਰ ਸੰਨਿਆਸੀ ਬੈਰਾਗੀ ਕਨੇ ਤੇ ਜਿਹੜੇ ਸਤਿਗੁਰੂ ਸਾਹਿਬ ਜਿਹਦੇ ਦਰਸ਼ਨਾਂ ਦੀ ਭਾਵਨਾ ਵਾਲੇ ਸੰਨਿਆਸੀ ਬੈਰਾਗੀ ਲੋਕ ਵੀ ਸਿੱਖ ਸੰਗਤਾ ਕੋ ਕਿੰਮ ਗਿਨੇ ਤੇ ਹੋਰ ਵੀ ਬਹੁਤ ਸਾਰੀਆਂ ਸਿੱਖ ਸੰਗਤਾ ਕਵੀ ਜੀ ਦੱਸਦੇ ਹਨ ਕਿ ਸਤਿਗੁਰੂ ਜੀ ਦੇ ਪਾਸ ਪਹੁੰਚਦੀਆ ਕੌਣ ਕਿਸ ਤਰ੍ਹਾਂ ਗਿਣਤੀ ਉਹਨਾਂ ਸੰਗਤਾਂ ਦੀ ਕਰ ਸਕਦਾ ਹੈ ਭਾਂਤ ਪਾਂਤ ਕੀ ਲੈ ਉਪਹਾਰ ਤੇ ਵਖ ਵਖ ਤਰ੍ਹਾਂ ਦੀਆ ਜੋ ਵਨ ਸੁਵੰਨੀਆਂ ਪੇਟਾਵਾਂ ਲੈ ਕੇ ਮਹਾਰਾਜ ਸਾਹਿਬ ਜੀ ਦੇ ਪਾਸ ਸੰਗਤ ਪਹੁੰਚਦੇ ਪਹੁੰਚੇ ਸਤਿਗੁਰ ਕੇ ਦਰਬਾਰ ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰਬਾਰ ਵਿਖੇ ਸਿੱਖ ਸੇਵਕ ਸੰਗਤ ਰੂਪ ਵਿੱਚ ਪਹੁੰਚੇ ਹਨ ਦਰਸ਼ਨ ਪਰਸਹਿ ਬਾਛਤ ਪਾਵਹਿ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਪਰਸਣਾ ਕਰਦੇ ਐ ਔਰ ਮਨ ਇਛਤ ਫਲ ਪ੍ਰਾਪਤ ਕਰਦੇ ਹਨ ਮੇਲਾ ਹੋਤ ਦਿਸ਼ਨਤੇ ਆਵਹਿ ਤੇ ਜਦੋਂ ਜੋੜ ਮੇਲਾ ਹੁੰਦਾ ਹੈ ਤਾਂ ਵੱਖ-ਵੱਖ ਦਿਸ਼ਾਵਾਂ ਤੋਂ ਸਿੱਖ ਪ੍ਰੇਮੀ ਜਨ ਆਉਂਦੇ ਹਨ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਸਤਨਾਮ ਉਪਦੇਸ਼ਨ ਕਰੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਸੰਗਤਾਂ ਨੂੰ ਸੱਚੇ ਵਾਹਿਗੁਰੂ ਦਾ ਨਾਮ ਜਪਣ ਦਾ ਉਪਦੇਸ਼ ਬਖਸ਼ਦੇ ਹਨ ਸੁਨ ਗੁਰ ਤੇ ਮਨ ਮਹਿ ਸਿਖ ਧਰੈ ਤੇ ਸਤਿਗੁਰਾਂ ਤੋਂ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਦਾ ਉਪਦੇਸ਼ ਸੁਣ ਕੇ ਸਿੱਖ ਸੇਵਕ ਆਪਣੇ ਮਨ ਵਿੱਚ ਧਾਰਨ ਕਰਦੇ ਕੀਤਕ ਬ੍ਰਹਮ ਗਿਆਨ ਕੋ ਪਾਏ ਤੇ ਕਿੰਨੇ ਹੀ ਜਿਹੜੇ ਗੁਰੂ ਸਾਹਿਬ ਜੀ ਦੇ ਸੇਵਕ ਸਿੱਖ ਬਣ ਕੇ ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਕਮਾ ਕੇ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਦੇ ਆਨੰਦ ਆਤਮ ਬਿਖੈ ਸਮਾਏ ਤੇ ਆਪਣੇ ਆਨੰਦ ਸਰੂਪ ਆਤਮਿਕ ਸਰੂਪ ਦੇ ਵਿੱਚ ਪਰਮੇਸ਼ਰ ਵਿੱਚ ਲੀਨ ਹੋ ਜਾਂਦੇ ਕੀਤਕ ਨਵ ਨਿਦਨ ਕੋ ਪਾਵੇਂ ਤੇ ਕਈ ਮਨੁੱਖ ਜਿਨ੍ਹਾਂ ਨੂੰ ਖਜ਼ਾਨੇ ਪ੍ਰਾਪਤ ਕਰਨ ਦੀ ਇੱਛਾ ਹੈ ਉਹ ਨਵ ਨਦੀਆਂ ਖਜ਼ਾਨੇ ਆਦਿਕ ਪ੍ਰਾਪਤ ਕਰਦੇ ਕਾਮਨਾਵਾਂ ਦੇ ਸਹਿਤ ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਕਮਾ ਕੇ ਸਿਮਰਨ ਕਰਕੇ ਜਨਮ ਜਨਮ ਕੇ ਕਸ਼ਟ ਮਿਟਾਵੈ ਤੇ ਆਪਣੇ ਜਨਮਾਂ ਜਨਮਾਂ ਦੇ ਕਸ਼ਟਾਂ ਨੂੰ ਜਨਮ ਮਰਨ ਦੇ ਦੁੱਖਾਂ ਨੂੰ ਮੇਟ ਲੈਂਦੇ ਹਨ ਸਿੱਧ 18 ਹੈ ਪ੍ਰਾਪਤ ਹੋਏ ਤੇ ਉਹਨਾਂ ਨੂੰ 18 ਸਿੱਧੀਆਂ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਕਮਾਉਣ ਨਾਲ ਮਿਲ ਜਾਂਦੀਆਂ ਅਜ਼ਮਤ ਸਕਲ ਭਾਂਤ ਕੀ ਕੋਏ ਤੇ ਸਭ ਤਰ੍ਹਾਂ ਦੀ ਕਈਆਂ ਨੂੰ ਜਿਵੇਂ ਚਾਹੁੰਦੇ ਹਨ ਕਿ ਸਾਨੂੰ ਸ਼ਕਤੀ ਸਮਰੱਥਾ ਪ੍ਰਾਪਤ ਹੋਵੇ ਉਹਨਾਂ ਨੂੰ ਉਹ ਸਮਰੱਥਾ ਮਿਲ ਜਾਂਦੀ ਹੈ ਸਭ ਕੁਝ ਬਸ ਹੈ ਗੁਰੂ ਦਰਬਾਰ ਕਿਉਂਕਿ ਭਾਈ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਸਾਰੇ ਹੀ ਖਜ਼ਾਨੇ ਜੋ ਹਨ ਉਹ ਹਨ ਜੋ ਵੀ ਇੱਛਾਵਾਂ ਕੋਈ ਚਾਹੇ ਉਹਨਾਂ ਦੀਆਂ ਪੂਰੀਆਂ ਹੋ ਸਕਦੀਆਂ ਹਨ ਦੇਤ ਸੇਵਕਨ ਸਦਾ ਉਦਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸਿੱਖਾਂ ਸੇਵਕਾਂ ਨੂੰ ਸਦਾ ਹੀ ਸ੍ਰੇਸ਼ਟ ਵਸਤੂਆਂ ਦਾਤਾ ਬਖਸ਼ਿਸ਼ ਕਰਦੇ ਹਨ ਇਸ ਵਿਧ ਕੇ ਤਕ ਦਿਵਸ ਬਿਤਾਏ ਇਸ ਪ੍ਰਕਾਰ ਸਤਿਗੁਰੂ ਹਰ ਰਾਜ ਸਾਹਿਬ ਮਹਾਰਾਜ ਜੀ ਨੇ ਸ੍ਰੀ ਕਰਤਾਰਪੁਰ ਸਾਹਿਬ ਨਗਰ ਜੋ ਦੁਆਬੇ ਵਿੱਚ ਹੈ ਉਥੇ ਨਿਵਾਸ ਕਰਦਿਆ ਹੋਇਆ ਕਈ ਦਿਨ ਬਤੀਤ ਕੀਤੇ। ਪੁਰ ਕਰਤਾਰ ਬਸੇ ਸੁਖ ਪਾਏ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਸੁਖ ਆਨੰਦ ਦੇ ਸਹਿਤ ਦੁਆਬੇ ਵਾਲੇ ਕਰਤਾਰਪੁਰ ਨਗਰ ਦੇ ਵਿੱਚ ਵਸੇ ਹਨ। ਤੇ ਜਿਨ੍ਹਾਂ ਜਿਨ੍ਹਾਂ ਸਿੱਖਾਂ ਸੰਗਤਾਂ ਨੇ ਸਤਿਗੁਰੂ ਸਾਹਿਬ ਜੀ ਦੀ ਸੰਗਤ ਕੀਤੀ ਹੈ ਉਹਨਾਂ ਸੁਖ ਪਾਇਆ। ਬਲਖ ਬੁਖਾਰਾ ਆਦਿਕ ਦੇਸ਼ ਵੱਖ-ਵੱਖ ਇਲਾਕਿਆਂ ਵਿੱਚੋਂ ਬਲਖ ਬੁਖਾਰਾ ਆਦਿਕ ਨਾਮ ਦੇ ਜਿਹੜੇ ਸ਼ਹਿਰ ਹਨ ਉਹਨਾਂ ਸ਼ਹਿਰਾਂ ਦੇ ਪਾਸੋਂ ਉਹਨਾਂ ਦੇਸ਼ਾਂ ਵਿੱਚੋਂ ਵੱਖ-ਵੱਖ ਥਾਵਾਂ ਤੋਂ ਆਉਂਦੇ ਸਿੱਖ ਸੇਵਕ ਅਨਹ ਅਰਪ ਹੈ ਹਨ ਵਿਸ਼ੇਸ਼ ਤੇ ਬਹੁਤ ਸਾਰੀਆਂ ਪੇਟਾਵਾਂ ਲੈ ਕੇ ਆਉਂਦੇ ਐ ਕਈ ਧਨ ਦੁਆਰਾ ਘੋੜੇ ਸ਼ਸਤਰ ਆਦਿਕ ਖਰੀਦ ਕੇ ਮਹਾਰਾਜ ਸਾਹਿਬ ਜੀ ਦੇ ਪਾਸ ਲਿਆ ਕੇ ਭੇਟਾ ਕਰਦੇ ਹਨ ਆਯਦ ਅਧਕ ਮੂਲ ਕੋ ਲਿਆਵਹਿ ਤੇ ਬਹੁਤੇ ਮੁੱਲ ਵਾਲੇ ਸ਼ਸਤਰ ਵੀ ਲੈ ਕੇ ਆਉਂਦੇ ਹਨ ਮਹਾਰਾਜ ਸਾਹਿਬ ਜੀ ਦੇ ਪਾਸ ਕਈ ਸੇਵਕ ਭਾਵਨਾ ਨਾਲ ਪਸ਼ਮੰਬਰ ਆਦਿਕ ਅਰਪਾਵੈ ਤੇ ਪਸ਼ਮੀਨੇ ਦੇ ਸੁੰਦਰ ਕੀਮਤੀ ਵਸਤਰ ਆਦਿਕ ਵੀ ਲਿਆ ਕੇ ਸਤਿਗੁਰੂ ਸਾਹਿਬ ਜੀ ਦੇ ਪਾਸ ਪੇਟਾ ਕਰਦੇ ਹਨ ਸੇਵਕ ਪੁਰ ਕਸ਼ਮੀਰ ਔਰ ਮਲਤਾਨ ਕਸ਼ਮੀਰ ਸ਼ਹਿਰ ਔਰ ਹੋਰ ਮਲਤਾਨ ਆਦਿਕ ਸ਼ਹਿਰਾਂ ਤੋਂ ਸੰਗਤਾਂ ਪਹੁੰਚਦੀਆਂ ਸਤਿਗੁਰੂ ਜੀ ਦੇ ਕੋਲ ਠੱਠਾ ਪਖਰ ਦੇਸ਼ ਮਹਾਨ ਠੱਠਾ ਜੋ ਨਾਮ ਦਾ ਸੋ ਨਗਰ ਹੈ ਜੋ ਕਿਹਾ ਜਾਂਦਾ ਠੱਠਾ ਨਾਮ ਦਾ ਜੋ ਸ਼ਹਿਰ ਹੈ ਅੱਜ ਕੱਲ ਪਾਕਿਸਤਾਨ ਦੇ ਵਿੱਚ ਔਰ ਪਖਰ ਨਾਮ ਦਾ ਜੋ ਸ਼ਹਿਰ ਹੈ ਉਨ੍ਹਾਂ ਸ਼ਹਿਰਾਂ ਤੋਂ ਉਨ੍ਹਾਂ ਇਲਾਕਿਆਂ ਵਿੱਚੋਂ ਸਖਤ ਸਤਗੁਰੂ ਸੰਗਤ ਸਤਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੀ ਹੈ ਦੱਖਣ ਪੂਰਬ ਪਰਬਤ ਵਾਸੀ ਤੇ ਦੱਖਣ ਦੀ ਦਿਸ਼ਾ ਵੱਲੋਂ ਪੂਰਬਲੀ ਦਿਸ਼ਾ ਵੱਲੋਂ ਵੀ ਤੇ ਪਹਾੜ ਦੀ ਬਾਹੀ ਵੱਲੋਂ ਇਸੇ ਪ੍ਰਕਾਰ ਪਹਾੜਾਂ ਦੇ ਵਿੱਚ ਵਸਣ ਵਾਲੇ ਜਿਹੜੇ ਲੋਕ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਰਧਾਲੂ ਉਹ ਵੀ ਸਤਗੁਰੂ ਸਾਹਿਬ ਜੀ ਦੇ ਪਾਸ ਆਉਂਦੇ ਹਨ ਤਪੀ ਦਿਗੰਬਰ ਜਪੀ ਉਦਾਸੀ ਤਾਪ ਕਰਨ ਵਾਲੇ ਤਪੱਸਵੀ ਵੀ ਇਸੇ ਤਰ੍ਹਾਂ ਦਿਗੰਬਰ ਜਿਹੜੇ ਨਾंगे ਸਾਧੂ ਆਦਿਕ ਹੋਰ ਜਪ ਮੰਤਰਾਂ ਦਾ ਜਾਪ ਕਰਨ ਵਾਲੇ ਤੇ ਉਦਾਸੀ ਲੋਕ ਵੀ ਉਦਾਸੀ ਸੰਪਰਦਾਵਾਂ ਦੇ ਵਿੱਚ ਰਹਿਣ ਵਾਲੇ ਸਾਧੂ ਲੋਕ ਵੀ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਆਉਂਦੇ ਗ੍ਰਸਤੀ ਕੈ ਬਿਰਕਤ ਨਰ ਹੋਏ ਦ੍ਰਕਤ ਨਰ ਹੋਏ ਭਾਵੇਂ ਕੋਈ ਗ੍ਰਸਤੀ ਵੀ ਹਨ ਕਈ ਸੋ ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਦਰਸ਼ਨ ਕਰਨ ਲਈ ਪਹੁੰਚਦੇ ਹਨ ਇਸੇ ਤਰ੍ਹਾਂ ਜਿਹੜੇ ਬਰਕਤ ਸਾਧੂ ਹਨ ਜੋ ਬਿਹੰਗਮ ਰਹਿਣ ਵਾਲੇ ਉਹ ਵੀ ਮਹਾਰਾਜ ਜੀ ਦੇ ਦ دیدار ਕਰਨ ਵਾਸਤੇ ਆਉਂਦੇ ਹਨ ਦਰਸ ਹੈ ਆਨ ਗੁਰੂ ਸਭ ਕੋਏ ਤੇ ਸਭ ਕੋਈ ਵਖ ਵਖ ਜਿਹੜੇ ਆਪੋ ਆਪਣੇ ਸੁਭਾਅ ਮੁਤਾਬਕ ਚੱਲਣ ਵਾਲੇ ਲੋਕ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਸਿੱਖ ਜੇ ਦਰਬ ਕਮਾਉਣ ਕਰਹੀਂ ਤੇ ਜਿਹੜੇ ਸਿੱਖ ਆਪਣੀ ਕਿਰਤ ਕਮਾਈ ਕਰਕੇ ਬਹੁਤਾ ਧਨ ਕਮਾਉਂਦੇ ਹਨ ਤਹ ਦਸਵੰਦ ਅਗਰ ਗੁਰ ਧਰਹੀਂ ਤੇ ਉਸ ਕਮਾਈ ਦੇ ਵਿੱਚੋਂ ਦਸਵੰਦ ਲੈ ਕੇ ਆਉਂਦੇ ਐ ਕਿਉਂਕਿ ਜਿਹੜਾ ਗੁਰੂ ਦਾ ਸਿੱਖ ਹੈ ਉਸ ਵਾਸਤੇ ਸਤਿਗੁਰੂ ਮਹਾਰਾਜ ਸਚੇ ਪਾਤਸ਼ਾਹ ਜੀ ਦਾ ਹੁਕਮ ਹੈ ਦਸਵੰਦ ਦੇਣ ਦਾ ਜਿਹੜੇ ਗੁਰੂ ਘਰ ਦਾ ਦਸਵੰਦ ਨਹੀਂ ਦਿੰਦੇ ਉਹਨਾਂ ਦੀ ਕਿਰਤ ਕਮਾਈ ਦਾ ਉਹਨਾਂ ਹਿੱਸਾ ਜਿਹੜਾ ਹੈ ਧਨ ਦਾ ਉਹ ਕੋਈ ਨਾ ਕੋਈ ਵਿਗਨਾ ਦੇ ਵਿੱਚ ਹੀ ਖਚਤ ਹੋ ਜਾਂਦਾ ਹੈ ਬੇਕਾਰ ਹੀ ਚਲਿਆ ਜਾਂਦਾ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਹਨ ਜੋ ਬਾਬੇ ਕੇ ਧਾਮ ਨਾਂਦ ਹੈ ਤਿੰਨ ਤੇ ਗਹਿ ਬਾਬਰ ਕੇ ਲੈ ਹੈ ਜਿਹੜੇ ਗੁਰੂ ਬਾਬੇ ਕਾ ਦਸਵੰਦ ਧਾਮ ਦਮੜੇ ਆਦਿਕ ਨਹੀਂ ਭੇਟਾ ਕਰਦੇ ਜੋ ਸੇਵਾ ਵਿੱਚ ਦੇਣੇ ਬਣਦੇ ਹਨ ਉਹਨਾਂ ਤੋਂ ਬਾਬਰ ਕੀ ਆਦਿਕ ਹੀ ਲੈ ਜਾਂਦੇ ਐ ਹਕੂਮਤ ਦੇ ਜਿਹੜੇ ਹਾਕਮ ਲੋਕ ਐ ਜ਼ੁਲਮ ਕਰਨ ਵਾਲੇ ਤੱਕੇ ਸ਼ਾਹੀ ਕਰਨ ਵਾਲੇ ਉਹ ਕੋਈ ਮੁਕੱਦਮਾ ਪਾ ਕੇ ਉਹਨਾਂ ਦਾ ਧਨ ਲੁੱਟ ਲੈਂਦੇ ਐ ਜਾਂ ਕੋ ਚੋਰੀ ਆਦਕ ਹੋ ਜਾਂਦੀ ਐ ਜਾਂ ਕੋਈ ਬਿਮਾਰੀਆਂ ਤੇ ਹੀ ਉਹਨਾਂ ਦਾ ਧਨ ਜਿਹੜਾ ਹੈ ਅਜਾਈਂ ਲੱਗ ਜਾਂਦਾ ਐ ਇਸ ਲਈ ਗੁਰੂ ਸਾਹਿਬ ਜੀ ਦਾ ਹੁਕਮ ਹੈ ਸਿੱਖ ਵਾਸਤੇ ਕਿ ਦਸਵੰਦ ਆਪਣੀ ਕਿਰਤ ਕਮਾਈ ਵਿੱਚੋਂ ਭਾਵ ਦਸਵੰਦ ਦਸਵਾਂ ਹਿੱਸਾ ਗੁਰੂ ਸਾਹਿਬ ਜੀ ਦੀ ਸੇਵਾ ਲੇਖੇ ਕੱਢ ਕੇ ਉਹ ਆਪਣਾ ਧਨ ਦਾ ਲਗਾਉਣਾ ਚਾਹੀਦਾ ਐ ਪਾਵੇਂ ਕੇ ਗੁਰੂ ਕਾ ਹੁਕਮ ਹੈ ਪਰ ਸਾਧ ਸੰਗਤ ਵਿਰਲੇ ਵਿਰਲੇ ਸਿੱਖ ਹਨ ਜਿਹੜੇ ਆਪਣੀ ਕਿਰਤ ਕਮਾਈ ਵਿੱਚੋਂ ਦਸਵਾਂ ਹਿੱਸਾ ਦਸਵੰਦ ਦਿੰਦੇ ਹਨ ਇਹ ਖਿਆਲ ਰੱਖਦੇ ਕਿ ਸਾਨੂੰ ਦਸਵੰਦ ਆਪਣੀ ਕਮਾਈ ਦਾ ਦੇਣਾ ਚਾਹੀਦਾ ਹੈ ਦਸਵੰਦ ਦੇਣ ਵਾਸਤੇ ਸੁਚੇਤ ਰਹਿੰਦੇ ਹਨ ਪਰ ਬਹੁਤੇ ਤਾਂ ਸੋ ਅਵੇਸਲੇ ਹੀ ਰਹਿੰਦੇ ਐ ਕਿ ਕਿਹੜਾ ਕੋਈ ਪੁੱਛਦਾ ਐ ਸਾਨੂੰ ਕਿਹੜਾ ਕਿਸੇ ਨੇ ਪੁੱਛਣਾ ਮਹਾਰਾਜ ਸਹਿਬ ਨੇ ਕਿਹਾ ਕਿ ਪਰਤਖ ਪ੍ਰਗਟ ਰੂਪ ਵਿੱਚ ਇਉਂ ਉਹਨਾਂ ਨੂੰ ਇਹ ਪ੍ਰਤੀਤ ਹੁੰਦਾ ਹੈ ਕਿ ਕਿਹੜਾ ਮਹਾਰਾਜ ਸਾਹਿਬ ਪੁੱਛਣ ਲੱਗੇ ਕਿ ਗੁਰੂ ਕੈ ਸਿੱਖਾ ਤੋਂ ਦਸਵੰਦ ਦਿੰਦਾ ਹੈ ਕਿ ਨਹੀਂ ਦਿੰਦਾ ਇਸ ਲਈ ਕਿਹੜਾ ਪ੍ਰਗਟ ਰੂਪ ਵਿੱਚ ਹੋ ਕੇ ਪੁੱਛਣ ਲੱਗੇ ਹਨ ਇਸ ਲਈ ਅਵੇਸਲੇ ਹੀ ਯਾਦ ਆ ਰਹੇ ਨੇ ਦਸਵੰਦ ਦੇਣ ਤੋਂ ਵਿਰਲੇ-ਵਿਰਲੇ ਹਨ ਜਿਹੜੇ ਦਸਵੰਦ ਆਪਣੀ ਕਿਰਤ ਕਮਾਈ ਵਿੱਚੋਂ ਕੱਢ ਕੇ ਗੁਰੂ ਲੇਖੇ ਜਿਹੜਾ ਹੈ ਉਹ ਵਰਤਦੇ ਹਨ ਖਰਚਦੇ ਨੇ ਹਰ ਵਾਰ ਜਦੋਂ ਵੀ ਕਮਾਈ ਉਹਨਾਂ ਨੂੰ ਹੁੰਦੀ ਹੈ ਤਨ ਦੀ ਉਸ ਵਿੱਚੋਂ ਦਸਵੰਦ ਕੱਢਣਾ ਸੋ ਇਸ ਲਈ ਜਿਹੜੇ ਦਸਵੰਦ ਦੇਣ ਵਾਲੇ ਸਿੱਖ ਸੇਵਕ ਹਨ ਜਿਹੜੇ ਕਿ ਦੂਰ ਦਰਾਡੇ ਇਲਾਕਿਆਂ ਵਿੱਚ ਰਹਿਣ ਵਾਲੇ ਮਹਾਰਾਜ ਸਾਹਿਬ ਜੀ ਦੇ ਪਾਸ ਸਮੇਂ ਸਿਰ ਛੇਤੀ ਨਹੀਂ ਪਹੁੰਚ ਸਕਦੇ ਉਹਨਾਂ ਦੇ ਪਾਸੋਂ ਜਿਹੜੇ ਮਸੰਦ ਸੇਵਕ ਹਨ ਵੱਖ-ਵੱਖ ਇਲਾਕਿਆਂ ਵਿੱਚ ਉਗਰਾਹੀ ਇਕੱਠੀ ਕਰਨ ਵਾਲੇ ਉਹ ਇਕੱਤਰ ਕਰਕੇ ਧਨ ਉਹਨਾਂ ਸਿੱਖਾਂ ਸੇਵਕਾਂ ਤੋਂ ਦਸਵੰਦ ਲਿਆ ਕਿ ਆਉਂਦੇ ਸਤਿਗੁਰੂ ਜੀ ਦੇ ਪਾਸ ਤਹ ਦਸਵੰਦ ਅਗਰ ਗੁਰ ਧਰਹੀਂ ਤੇ ਮਹਾਰਾਜ ਸਾਹਿਬ ਜੀ ਦੇ ਪਾਸ ਲਿਆ ਕੇ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਦ ਭੇਟਾ ਕਰਦੇ ਹਨ ਪੂਰੀ ਪੀਰ ਭਰੀ ਨਿਤ ਰਹਿ ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਬਹੁਤ ਸਾਰੀਆਂ ਸੰਗਤਾਂ ਦਾ ਨਿਤਾ ਪ੍ਰਤੀ ਹਰ ਵੇਲੇ ਇਕੱਠ ਹੁੰਦਾ ਰਹਿੰਦਾ ਹੈ ਸ੍ਰੀ ਸਤਗੁਰ ਦਰਬਾਰ ਜਿਹਾ ਹੈ ਤੇ ਸਤਗੁਰੂ ਮਹਾਰਾਜ ਸਾਹਿਬ ਜੀ ਦਾ ਜੋ ਦਰਬਾਰ ਦੁਆਬੇ ਵਾਲੇ ਕਰਤਾਰਪੁਰ ਸਾਹਿਬ ਨਗਰ ਵਿੱਚ ਨਿਵਾਸ ਹੋਣ ਕਰਕੇ ਸਜਦਾਏ ਉੱਥੇ ਸੰਗਤਾਂ ਇਕੱਠੀਆਂ ਹੋਈਆਂ ਰਹਿੰਦੀ ਐ ਦੇਸ਼ਨ ਮਹਿ ਮਸੰਦ ਜੇ ਬ੍ਰਿੰਦ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਸਾਰੇ ਮਸੰਦ ਗੁਰਮਤ ਦਾ ਪ੍ਰਚਾਰ ਕਰਨ ਵਾਲੇ ਔਰ ਸੰਗਤਾਂ ਤੋਂ ਧਨ ਭੇਟਾ ਗੁਰਾਈ ਇਕੱਠੀ ਕਰਕੇ ਲਿਆਉਣ ਵਾਲੇ ਪਹੁੰਚੇ ਗੁਰਤਨ ਲਿਏ ਬਲੰਦ ਤੇ ਗੁਰੂ ਕਾ ਧਾਨ ਇਕੱਠਾ ਕਰਕੇ ਬਹੁਤ ਸਾਰਾ ਲੈ ਕੇ ਮਹਾਰਾਜ ਸਾਹਿਬ ਜੀ ਦੇ ਪਾਸ ਪਹੁੰਚੇ ਸ੍ਰੀ ਕਰਤਾਰਪੁਰ ਨਗਰ ਵਿੱਚ ਕੇਚਿਤ ਲਛ ਦਰਬਲੇ ਆਵੈ ਤੇ ਕਈ ਐਸੇ ਹਨ ਸੇਵਕ ਮਸੰਦ ਸਿੱਖ ਜਿਨ੍ਹਾਂ ਦੇ ਕੋਲ ਇਕੱਠਾ ਕੀਤਾ ਹੋਇਆ ਧਾਨ ਲੱਖ ਰੁਪਏ ਦੇ ਕਰੀਬ ਇਕੱਠਾ ਹੋ ਜਾਂਦਾ ਹੈ ਲੈ ਕੇ ਆਉਂਦੇ ਹਨ ਕਿਤਕ ਹਜ਼ਾਰ ਨ ਕਰ ਇਕ ਥਾਵੇਂ ਤੇ کئی ਹਜ਼ਾਰਾਂ ਰੁਪਇਆ ਇਕੱਠਾ ਹੋ ਜਾਂਦਾ ਹੈ ਤੇ ਉਹ ਇੱਕ ਥਾਂ ਤੇ ਇਕੱਤਰ ਕਰਕੇ ਲਿਆਉਂਦੇ ਮਹਾਰਾਜ ਸਾਹਿਬ ਜੀ ਦੇ ਕੋਲ ਖਸ਼ਟ ਮਾਸ ਮਹ ਕੋ ਚੱਲ ਆਏ ਤੇ ਕਈ ਉਹ ਹਨ ਜਿਹੜੇ 6 ਮਹੀਨਾ ਬਾਅਦ ਚੱਲ ਕੇ ਸਤਿਗੁਰੂ ਜੀ ਦੇ ਪਾਸ ਪਹੁੰਚਦੇ ਹਨ ਕੋ ਸੰਮਤ ਮਹ ਧਨ ਪਹੁੰਚਾਏ ਕੋਈ ਜਿਹੜਾ ਛੇਤੀ ਆ ਸਕਦਾ ਏ ਛੇ ਮਹੀਨੇ ਬਾਅਦ ਵੀ ਮਹਾਰਾਜ ਸਾਹਿਬ ਜੀ ਦੇ ਪਾਸ ਆਉਂਦਾ ਏ ਕਿਉਂਕਿ ਦੂਰ ਦਰਾਡੇ ਇਲਾਕਿਆਂ ਵਿੱਚ ਰਹਿਣ ਵਾਲੇ ਸੋ ਕਾਫੀ ਸਮੇਂ ਬਾਅਦ ਹੀ ਆਉਂਦੇ ਅੱਜ ਕੱਲ ਦੇ ਜੈਸੇ ਸਾਧਨ ਹਨ ਛੇਤੀ ਥੋੜੇ ਸਮੇਂ ਵਿੱਚ ਗੱਡੀਆਂ ਤੇ ਜਾਂ ਹਵਾਈ ਜਹਾਜ਼ਾਂ ਰਾਹੀਂ ਪਹੁੰਚਣ ਦੇ ਉਸ ਵੇਲੇ ਨਹੀਂ ਸਨ ਉਸ ਵੇਲੇ ਪੈਦਲ ਹੀ ਜਾਂ ਹੋਰ ਸਵਾਰੀਆਂ ਜਿਹੜੀਆਂ ਸਹਿਜੇ ਹੀ ਰਫ਼ਤਾਰ ਵਿੱਚ ਚੱਲਦੀਆਂ ਉਹਨਾਂ ਤੇ ਹੀ ਆਉਣਾ ਪੈਂਦਾ ਸੀ ਤੇ ਫਿਰ ਕਈ ਦਿਨ ਰਾਹ ਵਿੱਚ ਹੀ ਲੱਗ ਜਾਂਦੇ ਸਨ ਇਸ ਵਾਸਤੇ ਸੋ ਕਈ ਛੇ ਮਹੀਨੇ ਬਾਅਦ ਆਉਂਦੇ ਤੇ ਕਈ 1 ਸਾਲ ਬਾਅਦ ਇੱਕ ਵਰੇ ਬਾਅਦ ਮਹਾਰਾਜ ਸਾਹਿਬ ਦੇ ਪਾਸ ਦਰਸ਼ਨ ਕਰਨਾ ਆਉਂਦੇ ਰਹਿ ਮਸੰਦ ਹਜ਼ਾਰ ਹੁੰਦੇਸ਼ ਤੇ ਹਜ਼ਾਰਾਂ ਹੀ ਮਸੰਦ ਸੇਵਕ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੁਰਮਤਿ ਦਾ ਪ੍ਰਚਾਰ ਕਰਨ ਵਾਸਤੇ ਵਿਚਰਦੇ ਲੇ ਸੰਗਤ ਤੇ ਦਰਬ ਵਿਸ਼ੇਸ਼ ਇਹ ਵਿਸ਼ੇਸ਼ ਕਰਕੇ ਬਹੁਤ ਸਾਰਾ ਧਨ ਸੰਗਤਾਂ ਦੇ ਪਾਸੋਂ ਇਕੱਠਾ ਕਰਕੇ ਲਿਆਉਂਦੇ ਸਤਿਗੁਰਾਂ ਦੇ ਕੋਲ ਗੁਰ ਟਿਗ ਸੋ ਪਹੁੰਚਾ ਵਹ ਆਏ ਤੇ ਉਹ ਧਨ ਲਿਆ ਕੇ ਮਹਾਰਾਜ ਸਾਹਿਬ ਜੀ ਦੇ ਪਾਸ ਪਹੁੰਚਾਉਣਾ ਕਰਦੇ ਜਿਹੜੇ ਮਸੰਦ ਸੇਵਕ ਹੈ ਕਿਉਂਕਿ ਉਹਨਾਂ ਦਾ ਕੰਮ ਹੁੰਦਾ ਜਿਹੜਾ ਗੁਰੂ ਘਰ ਵਾਸਤੇ ਧਨ ਦਿੱਤਾ ਹੈ ਨਾ ਗੁਰੂ ਸਾਹਿਬ ਜੀ ਦੇ ਪਾਸ ਹੀ ਪਹੁੰਚਾਉਣਾ ਹੈ ਪਰ ਕਈ ਜਿਹੜੇ ਐਸੇ ਹੁੰਦੇ ਹਨ ਕਿ ਨਾਮ ਤਾਂ ਗੁਰੂ ਕਾ ਵਰਤਣਾ ਗੁਰੂ ਦੇ ਨਾਮ ਦੇ ਉੱਪਰ ਧਨ ਇਕੱਠਾ ਕਰ ਲੈਣਾ ਤੇ ਵਰਤਣਾ ਆਪਣੇ ਵਾਸਤੇ ਕਿ ਕਿਹੜਾ ਮਹਾਰਾਜ ਸਾਹਿਬ ਵੇਖ ਰਹੇ ਨੇ ਜਾਂ ਪੁੱਛਣ ਲੱਗੇ। ਭਾਈ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਨੂੰ ਪਤਾ ਹੀ ਹੈ ਪਰਮੇਸ਼ਰ ਤੋਂ ਕੋਈ ਲੁਕਾ ਨਹੀਂ ਸਕਦਾ। ਸੋ ਇਸ ਲਈ ਕਈ ਆਪਣੇ ਵਾਸਤੇ ਖਰਚ ਲੈਂਦੇ ਹਨ ਉਹਨਾਂ ਵਾਸਤੇ ਉਹ ਧਨ ਪਹੁੰਚਾਉਣਾ ਵੀ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ। ਪਰ ਜਿਹੜੇ ਇਮਾਨਦਾਰੀ ਨਾਲ ਧਨ ਇਕੱਠਾ ਕਰਦੇ ਆ ਉਹ ਮਹਾਰਾਜ ਸਾਹਿਬ ਦੇ ਪਾਸ ਲਿਆਉਂਦੇ ਹਨ। ਵਸਤੂ ਅਮੋਲਕ ਲੈ ਅਰਪਾਏ ਤੇ ਹੋਰ ਵੀ ਕੀਮਤੀ ਵਸਤੂਆਂ ਲੋੜਿੰਦੀਆਂ ਮਹਾਰਾਜ ਸਾਹਿਬ ਜੀ ਦੇ ਪਾਸ ਖਰੀਦ ਕੇ ਲਿਆਉਂਦੇ ਭੇਟਾ ਕਰਦੇ ਜਹਾਂ ਜਹਾਂ ਸਿੱਖ ਸੰਗਤ ਕੋਏ ਤੇ ਜਿੱਥੇ-ਜਿੱਥੇ ਵੀ ਕੋਈ ਮਹਾਰਾਜ ਸਾਹਿਬ ਜੀ ਦੇ ਪ੍ਰੇਮ ਵਾਲੀਆਂ ਸਿੱਖ ਸੰਗਤਾਂ ਜਿਸ-ਜਿਸ ਇਲਾਕੇ ਵਿੱਚ ਦੇਸ਼ ਵਿੱਚ ਹਨ ਸਿਮਰੇ ਗੁਰੂ ਸਹਾਇਕ ਹੋਏ ਤੇ ਮਹਾਰਾਜ ਸਾਹਿਬ ਜੀ ਨੂੰ ਯਾਦ ਕਰਦੀਆਂ ਸੰਗਤਾਂ ਸਿਮਰਨ ਕਰਦੀਆ ਤੇ ਸਤਿਗੁਰੂ ਸਾਹਿਬ ਜੀ ਉਹਨਾਂ ਦੀ ਸਹਾਇਤਾ ਕਰਦੇ ਵਿਗਨ ਹਨ ਅਨੇਕ ਰੀਤ ਕੇ ਟਾਰਹਿ ਤਾਂ ਅਨੇਕ ਤਰਾਂ ਦੇ ਉਹਨਾਂ ਦੇ ਕਾਰਜਾਂ ਵਿੱਚ ਪੈਣ ਵਾਲੇ ਵਿਗਨਾਂ ਨੂੰ ਦੂਰ ਕਰਦੇ ਮਹਾਰਾਜ ਸਾਹਿਬ ਪੁੰਨ ਰੱਛਾ ਪਰਲੋਕ ਸੁਧਾਰਹਿ ਤੇ ਫਿਰ ਜਿਹੜੇ ਆਪਣੀ ਸਹਾਇਤਾ ਚਾਹੁੰਦੇ ਹਨ ਕਿ ਮਹਾਰਾਜ ਸਾਹਿਬ ਕਿਰਪਾ ਕਰਨ ਸਾਡਾ ਲੋਕ ਪਰਲੋਕ ਸੁਹਿਲਾ ਕਰਨ ਉਹਨਾਂ ਦੀ ਮਹਾਰਾਜ ਸਾਹਿਬ ਪ੍ਰਲੋਕ ਵਿੱਚ ਵੀ ਸਹਾਇਤਾ ਕਰ ਦਿੰਦੇ ਨਿਤ ਨਵੀਨ ਮਹਿਮਾ ਅਦਕਾਏ ਤੇ ਨਿਤ ਹੀ ਨਵੀਂ ਮਹਿਮਾ ਬਹੁਤ ਹੁੰਦੀ ਮਹਾਰਾਜ ਸਾਹਿਬ ਦੀ ਸਾਗਰ ਕੇ ਟਾਪੂ ਲਗ ਜਾਏ ਸਮੁੰਦਰ ਦੇ ਵਿੱਚ ਟਾਪੂਆਂ ਦੇ ਵਿੱਚ ਵੀ ਜਿਹੜੇ ਰਹਿਣ ਵਾਲੇ ਹਨ ਗੁਰੂ ਘਰ ਦੇ ਪ੍ਰੇਮੀ ਉਹਨਾਂ ਪਾਸ ਵੀ ਮਸੰਦ ਸੇਵਕ ਗੁਰਮਤਿ ਦੇ ਪ੍ਰਚਾਰਕ ਪਹੁੰਚਦੇ ਸਿੱਖੀ ਗੁਰ ਕੀ ਦੇਸ਼ ਵਿਦੇਸ਼ ਕਿਉਂਕਿ ਗੁਰੂ ਸਾਹਿਬ ਜੀ ਦੀ ਜੋ ਸਿੱਖੀ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਸ ਵੇਲੇ ਵੀ ਫੈਲੀ ਸੀ ਸ਼ੁਭ ਮਾਰਗ ਨਰ ਲਗੇ ਵਿਸ਼ੇਸ਼ ਤੇ ਵਿਸ਼ੇਸ਼ ਕਰਕੇ ਕਈ ਸ੍ਰੇਸ਼ਟ ਮਾਰਗ ਦੇ ਉੱਪਰ ਗੁਰੂ ਸਾਹਿਬ ਜੀ ਦੀ ਸਿੱਖੀ ਧਾਰਨ ਕਰਕੇ ਲੋਕ ਚੱਲ ਪਏ ਸਾਨ ਰਾਤ ਪਾਛਲੀ ਕਰਨ ਸ্নান ਗੁਰੂ ਦਾ ਉਪਦੇਸ਼ ਧਰਨ ਕੀਤਾ ਸੀ ਜਿਨ੍ਹਾਂ ਨੇ ਉਹ ਰਾਤਰੀ ਦੇ ਪਿਛਲੇ ਪਹਿਰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਸਿਮਰਨ ਕਰਦੇ ਸਿਮਰਨ ਪ੍ਰਭ ਕੋ ਦੇਹ ਬੋਹਦਾਨ ਤੇ ਪਰਮੇਸ਼ਰ ਦਾ ਸਿਮਰਨ ਕਰਦੇ ਔਰ ਲੋੜਵੰਦਾਂ ਨੂੰ ਦਾਨ ਆਦਿਕ ਵੀ ਧਨ ਦਾ ਕਰਦੇ ਕਰਨੇਮ ਗੁਰਬਾਣੀ ਪੜੈ ਤੇ ਨੇਮ ਨਾਲ ਰੋਜ਼ਾਨਾ ਦਾ ਹੀ ਨਿਤਨੇਮ ਕਈਆਂ ਦਾ ਇਹ ਹੁੰਦਾ ਕਿ ਨੇਮ ਨਾਲ ਅੰਮ੍ਰਿਤ ਵੇਲੇ ਉੱਠਦੇ ਤੇ ਗੁਰਬਾਣੀ ਪੜ੍ਹਦੇ ਤੇ ਇਹ ਗੁਰਸਿੱਖ ਵਾਸਤੇ ਨਿਤਾ ਪ੍ਰਤੀ ਦਾ ਹੀ ਨਿਜਮ ਸਾਧ ਸੰਗਤ ਹੁੰਦਾ ਹੈ ਪਰ ਕਈਆਂ ਦਾ ਇਹ ਖਿਆਲ ਹੁੰਦਾ ਹੈ ਕੋਈ ਦਿਨ ਹੋਵੇ ਜਾਂ ਸੰਗ੍ਰਾਂਦ ਦੇ ਦਿਹਾੜੇ ਹੀ ਉਹਨਾਂ ਨੇ ਸੋਚਣਾ ਹੁੰਦਾ ਹੈ ਕਿ ਅੱਜ ਤਾਂ ਸੰਗ੍ਰਾਂਦ ਵਾਲਾ ਦਿਨ ਹੈ ਅੱਜ ਤਾਂ ਉੱਠਣਾ ਚਾਹੀਦਾ ਪਰ ਗੁਰਸਿੱਖ ਵਾਸਤੇ ਜੇ ਨਿਤਾ ਪ੍ਰਤੀ ਦਾ ਹੀ ਨੇਮ ਹੋਣਾ ਚਾਹੀਦਾ ਹੈ ਸੋ ਇਸ ਲਈ ਗੁਰੂ ਕੇ ਸਿੱਖ ਹਨ ਜਿਹੜੇ ਪ੍ਰੇਮੀ ਉਹ ਹਰ ਰੋਜ਼ ਅੰਮ੍ਰਿਤ ਵੇਲੇ ਉੱਠਦੇ ਗੁਰਬਾਣੀ ਪੜ੍ਹਦੇ ਗੁਰ ਕੇ ਪ੍ਰੇਮ ਛੇਮ ਕੋ ਵੜੈ ਤੇ ਗੁਰੂ ਕੇ ਪ੍ਰੇਮ ਵਿੱਚ ਮੁਕਤੀ ਦੀ ਪ੍ਰਾਪਤੀ ਵਾਸਤੇ ਪਰਮੇਸ਼ਰ ਦੀ ਪ੍ਰਾਪਤੀ ਦੇ ਰਸਤੇ ਦੇ ਉੱਪਰ ਆਪਣਾ ਪ੍ਰੇਮ ਪਰਮੇਸ਼ਰ ਨਾਲ ਵਧਾਉਂਦੇ ਕੇਤਕ ਮਾਸ ਬਾਸ ਕੋ ਕਰਿਓ ਤੇ ਕਿੰਨੇ ਹੀ ਮਹੀਨੇ ਸਤਿਗੁਰੂ ਹਰਨਾਇ ਸਹਿਬ ਮਹਾਰਾਜ ਜੀ ਨੇ ਕੀਰਤਪੁਰ ਸਾਹਿਬ ਤੋਂ ਆਣ ਕੇ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਨਿਵਾਸ ਰੱਖਿਆ ਮਿਲ ਮਿਲ ਗੁਰੁ ਸ਼ੁਭ ਮਗਜ ਜਗ ਪਰਿਓ ਤੇ ਸਤਿਗੁਰਾਂ ਨੂੰ ਮਿਲ ਮਿਲ ਕੇ ਬਹੁਤ ਸਾਰੇ ਜਗਤ ਦੇ ਲੋਕ ਪਰਮੇਸ਼ਰ ਦੀ ਪ੍ਰਾਪਤੀ ਦੇ ਮਾਰਗ ਤੇ ਪੈ ਗਏ ਮੇਲਾ ਬਹੁਰ ਬਸੋਏ ਕੇਰਾ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਕਰਤਾਰਪੁਰ ਨਗਰ ਵਿੱਚ ਰਹਿੰਦਿਆਂ ਹੋਇਆਂ ਵਿਸਾਖੀ ਦੇ ਜੋੜ ਮੇਲੇ ਦਾ ਸਮਾਂ ਆਇਆ ਚੌਹ ਦਿਸ਼ ਤੇ ਆਗਮਨ ਹਨੇਰਾ ਤੇ ਵਿਸਾਖੀ ਦਾ ਜੋੜ ਮੇਲਾ ਨੇੜੇ ਜਾਣ ਕਰਕੇ ਬਹੁਤ ਸਾਰੀਆਂ ਸੰਗਤਾਂ ਦਾ ਇਕੱਠ ਹੋਇਆ ਸਤਿਗੁਰੂ ਜੀ ਦੇ ਪਾਸ ਆਣ ਕੇ ਲਗ ਸੁਤ ਭਗਤੂ ਕੋ ਚੱਲ ਆਇਓ ਚਾਰੇ ਦਿਸ਼ਾਵਾਂ ਤੋਂ ਆਣ ਕੇ ਸੰਗਤਾਂ ਮਹਾਰਾਜ ਸਾਹਿਬ ਦੇ ਪਾਸ ਪਹੁੰਚਿਆ ਤੇ ਜਿਹੜੇ ਭਾਈ ਭਗਤੂ ਜੀ ਹੋਏ ਹਨ ਸਤਿਗੁਰੂ RAM DAS ਸਾਹਿਬ ਮਹਾਰਾਜ ਜੀ ਦੇ ਬਚਨਾਂ ਦੁਆਰਾ ਉਸ ਭਾਈ ਭਗਤੂ ਜੀ ਦੇ ਜੋ ਛੋਟੇ ਸੁਪੁੱਤਰ ਪਾਈ ਜੀਵਨ ਜੀ ਜੋ ਪਾਈ ਕਵਰਾ ਜੀ ਦੇ ਛੋਟੇ ਪ੍ਰਾਤਾ ਹਨ ਉਹ ਵੀ ਚੱਲ ਕੇ ਮਹਾਰਾਜ ਸਾਹਿਬ ਦੇ ਪਾਸ ਆਏ ਜਿਸ ਕੋ ਜੀਵਨ ਨਾਮ ਸੁਹਾਇਓ ਤੇ ਜਿਨ੍ਹਾਂ ਦਾ ਸੋਭ ਨੀਕ ਨਾਮ ਜੀਵਨ ਕਿਹਾ ਜਾਂਦਾ ਹੈ ਗੌਰਾ ਵੱਡੋ ਰਾਜਸੀ ਲੱਛਣ ਤੇ ਜੋ ਭਾਈ ਗੌਰਾ ਜੀ ਹਨ ਭਾਈ ਜੀਵਨ ਦੇ ਵੱਡੇ ਭਰਾ ਰਾਜਸੀ ਸੁਭਾਅ ਵਾਲੇ ਰਾਜ ਭਾਗ ਚਲਾਉਣ ਦੀ ਇੱਛਾ ਵਾਲੇ ਇਸ ਕੋ ਸੰਤ ਸੁਭਾਅ ਵਿੱਚ ਅਛਣ ਤੇ ਰਾਜਸੀ ਲੱਛਣਾਂ ਵਾਲੇ ਹੋਏ ਨੇ ਭਾਈ ਗੌਰਾ ਜੀ ਤੇ ਜਿਹੜੇ ਭਾਈ ਜੀਵਨ ਜੀ ਹਨ ਭਾਈ ਗੌਰਾ ਜੀ ਦੇ ਛੋਟੇ ਭਰਾ ਇਹਨਾਂ ਦਾ ਸੰਤਾਂ ਵਾਲਾ ਸੁਭਾਅ ਹੈ ਬਹੁਤ ਹੀ ਚਤਰਾਈ ਨਾਲ ਸਿਆਣਪ ਨਾਲ ਪਰਮੇਸ਼ਰ ਦਾ ਸਿਮਰਨ ਕਰਦੇ ਸੰਗ ਬਿਰਾੜ ਸੰਗ ਤਾਂ ਕੇਈ ਭਾਈ ਜੀਵਨ ਦੇ ਨਾਲ ਮਾਲਵੇ ਦੀ ਧਰਤੀ ਤੋਂ ਬਹੁਤ ਸਾਰੇ ਬਰਾੜ ਸਿੱਖ ਵੀ ਸੰਗਤਾਂ ਵਿੱਚ ਮਹਾਰਾਜ ਸਾਹਿਬ ਦੇ ਦਰਸ਼ਨ ਕਰਨ ਆਈਆਂ ਗੁਰੂ ਦਰਸ ਕੋ ਪਹੁੰਚੇ ਤੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਉਹ ਸੰਗਤਾਂ ਪਹੁੰਚੀਆਂ ਹਨ ਨਾਲ ਹੀ ਅਪਰ ਕਹਾ ਲਗਗਨੀ ਹੈ ਮੇਲਾ ਹੋਰ ਕਿਥੋਂ ਤੱਕ ਸੰਗਤਾਂ ਦੇ ਇਕੱਠ ਦੀ ਗੱਲ ਕਵੀ ਜੀ ਕਹਿੰਦੇ ਹਨ ਤੁਹਾਨੂੰ ਦਸੀਏ ਜੋ ਸਤ ਗੁਰ ਦਰਬਾਰ ਸਕੇਲਾ ਤੇ ਜੋ ਮਹਾਰਾਜ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਸੰਗਤਾਂ ਦਾ ਇਕੱਠ ਬਹੁਤ ਸਾਰਾ ਹੋਇਆ ਖਰੇ ਮੇਵੜੇ ਸਭਾ ਮਜਹਰੈ ਮੇਵੜੇ ਸਿੱਖ ਜਿਹੜੇ ਅਰਦਾਸ ਕਰਨ ਵਾਲੇ ਹਨ ਸੰਗਤ ਵੱਲੋਂ ਅਰਦਾਸ ਬੇਨਤੀ ਕਰਦੇ ਨੇ ਉਹ ਸਭਾ ਦੇ ਵਿੱਚ ਅਰਦਾਸਾਂ ਕਰਨ ਵਾਸਤੇ ਖੜੇ ਹਨ ਮਹਾਰਾਜ ਸਾਹਿਬ ਦੇ ਸਨਮੁਖ ਸਿੱਖਨ ਕੀ ਅਰਦਾਸ ਉਚਾਰੈ ਤੇ ਸਿੱਖਾਂ ਸੇਵਕਾਂ ਦੀ ਅਰਦਾਸ ਬੇਨਤੀ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਕਰਦੇ ਹਨ ਲੇ ਲੈ ਧੰਨ ਮਸੰਦ ਸਮਝਾਏ ਤੇ ਬਹੁਤ ਸਾਰੇ ਮਸੰਦ ਸੇਵਕ ਵੀ ਹਨ ਜਿਹੜੇ ਸੰਗਤਾਂ ਸਮੇਤ ਆਏ ਨੇ ਧੰਨ ਲੈ ਕੇ ਸਤਿਗੁਰਾਂ ਦੇ ਹਜ਼ੂਰ ਆਨ ਗੁਰ ਕੋ ਦਰਸ਼ਨ ਪਾਏ ਆ ਕਿ ਉਹਨਾਂ ਨੇ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਪ੍ਰਾਪਤ ਕੀਤੇ ਹਨ ਨਿਜ-ਨਿਜ ਸੰਗ ਸੰਗਤਾ ਬ੍ਰਿੰਦ ਤੇ ਆਪਣੇ ਆਪਣੇ ਨਾਲ ਬਹੁਤੀਆਂ ਸੰਗਤਾਂ ਨੂੰ ਵੀ ਲੈ ਕੇ ਆਉਂਦੇ ਹਨ ਕਰਹਿ ਜਨਾਬਨ ਜੁਗ ਕਰ ਬੰਦ ਤੇ ਦੋਵੇਂ ਹੱਥ ਜੋੜ ਕੇ ਸਤਿਗੁਰੂ ਮਹਾਰਾਜ ਸਾਹਿਬ ਜਿਹਦੇ ਪਾਸ ਸੰਗਤਾਂ ਦਾ ਆਉਣਾ ਦੱਸਦੇ ਹਨ ਭੂਤ ਸਮੇਂ ਕੀ ਪੱਖ ਹੈ ਕਈ ਤੇ ਪਿਛਲੇ ਸਮੇਂ ਦੀ ਵੀ ਗੱਲ ਜਿਵੇਂ ਜਿਵੇਂ ਸੰਗਤਾਂ ਦੇ ਕੋਲੋਂ ਧੰਨ ਇਕੱਤਰ ਹੋਇਆ ਔਰ ਸੰਗਤ ਵਿੱਚ ਗੁਰਮਤਿ ਦਾ ਪ੍ਰਚਾਰ ਹੋਇਆ ਔਰ ਸੰਗਤਾਂ ਦੀ ਜਿਸ ਪ੍ਰਕਾਰ ਦੀ ਬੇਨਤੀ ਹੈ ਜਿਵੇਂ ਸ਼ੁਕਰਾਨੇ ਦੀਆਂ ਬੇਨਤੀਆਂ ਵੀ ਸਤਿਗੁਰੂ ਜੀ ਦੇ ਹਜ਼ੂਰ ਕਰਾਉਂਦੇ ਹਨ ਚੇਚਤ ਕਹ ਪਵਿਖਯਤ ਲਈ ਤੇ ਜਿਹੜੀਆਂ ਕਾਮਨਾਵਾਂ ਸੰਗਤਾਂ ਦੀਆਂ ਸੇਵਕਾਂ ਦੀਆਂ ਪੂਰੀਆਂ ਹੋਈਆਂ ਨੇ ਉਹਨਾਂ ਕਾਮਨਾਵਾਂ ਪੂਰੀਆਂ ਹੋਣ ਤੇ ਮਹਾਰਾਜ ਸਾਹਿਬ ਜੀ ਦਾ ਸ਼ੁਕਰਾਨਾ ਵੀ ਸੇਵਕ ਆਣ ਕੇ ਕਰਦੇ ਆ ਤੇ ਕਈ ਜਿਹੜੇ ਸਿੱਖ ਸੇਵਕ ਅਗਾਂ ਵਾਸਤੇ ਆਪਣੇ ਕਾਰਜ ਸਫਲੇ ਕਰਾਉਣਾ ਚਾਹੁੰਦੇ ਹਨ ਆਉਣ ਵਾਲੇ ਸਮੇਂ ਦੇ ਉਹ ਵੀ ਬੇਨਤੀਆਂ ਕਰਾਉਂਦੇ ਹਨ ਵਰਤਮਾਨ ਕਾਮਨਾ ਜੋ ਬ੍ਰਿੰਦ ਤੇ ਜਿਹੜੀਆਂ ਵਰਤਮਾਨ ਸਮੇਂ ਵਿੱਚ ਕਾਮਨਾਵਾਂ ਬਹੁਤ ਸਾਰੀਆਂ ਪੂਰੀਆਂ ਹੋ ਰਹੀਆਂ ਨੇ ਪੂਰੀ ਕਰੀ ਪਰੋ ਸੁਖ ਕੰਦ ਤੇ ਉਸ ਬਾਬਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਿੱਖ ਸੇਵਕ ਬੇਨਤੀ ਕਰਦੇ ਆ ਕਿ ਸੱਚੇ ਪਾਤਸ਼ਾਹ ਹੁਣ ਆਪ ਜੀ ਬਖਸ਼ਿਸ਼ ਕਰ ਰਹੇ ਹੋ ਔਰ ਆਗਾਮ ਵਾਸਤੇ ਵੀ ਕਿਰਪਾ ਕਰਨੀ ਇਸੇ ਤਰ੍ਹਾਂ ਵਿਗਨ ਬਿਨਾਸ਼ੋ ਦਾਸ ਨਦਰਾਸ ਆਪਣੇ ਦਾਸਾਂ ਸੇਵਕਾਂ ਦੇ ਬਹੁਤ ਸਾਰੇ ਵਿਗਨਾਂ ਦਾ ਕਿਰਪਾ ਕਰਕੇ ਨਾਸ ਕਰ ਦਿਓ ਬਨਹੋ ਸਹਾਇਕ ਆਨੰਦ ਪ੍ਰਕਾਸ਼ ਆਪ ਜੀ ਸਹਾਇ ਹੋ ਸਾਡੇ ਤੇ ਸਾਨੂੰ ਆਨੰਦ ਪ੍ਰਗਟ ਹੀ ਪ੍ਰਾਪਤ ਹੋਵੇ ਦਰਸ ਹੈ ਚਹੁ ਦਿਸ਼ ਮਹ ਨਰ ਪੀਰ ਤੇ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਦੇ ਪਾਸ ਚਾਰੇ ਦਿਸ਼ਾਵਾਂ ਤੋਂ ਆਣ ਕੇ ਸਾਧੂ ਗੁਰਾਂ ਦੇ ਹਜ਼ੂਰ ਇਕੱਠੀ ਹੋ ਕੇ ਸੰਗਤ ਦਰਸ਼ਨ ਕਰ ਰਹੀ ਹੈ ਮੁੱਖੇ ਹਜ਼ਾਰੋਂ ਬੈਠੇ ਤੀਰ ਤੇ ਹਜ਼ਾਰਾਂ ਹੀ ਮੁਖੀ ਸਿੱਖ ਵੀ ਸਤਿਗੁਰੂ ਜੀ ਦੇ ਕੋਲ ਆਣ ਕੇ ਬੈਠੇ ਹਨ ਦੂਰ ਦੂਰ ਲੋ ਠਾਂਡੇ ਬਰਿੰਦ ਤੇ ਦੂਰ ਦੂਰ ਤੱਕ ਕਈ ਸੇਵਾਦਾਰ ਪਿੱਛੇ ਹੀ ਖੜੇ ਹਨ ਦੇਖੈ ਸਤਿਗੁਰ ਮੁਖ ਅਰਬਿੰਦ ਕਮਲ ਜਿਹਿਆ ਮੁਖ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਤੱਕਦੇ ਹਨ ਕਰਨਾ ਭਰੇ ਸਲਾਜ ਬਿ ਲੋਚਨ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਜੋ ਸੁੰਦਰ ਨੇਤਰ ਹਨ ਕਿਰਪਾ ਦੇ ਭਰੇ ਹੋਏ ਲਜਿਆ ਦੇ ਸਹਿਤ ਹਨ ਐਸੇ ਨੇਤਰਾ ਨਾਲ ਸਤਿਗੁਰੂ ਮਹਾਰਾਜ ਸਾਹਿਬ ਸਿੱਖ ਸੰਗਤਾਂ ਵੱਲ ਤੱਕਦੇ ਹਨ ਕਿਰਪਾ ਦ੍ਰਿਸ਼ਟੀ ਨਾਲ ਦਾਰਤ ਦ੍ਰਿਸ਼ਟ ਗੁਰੂ ਦੁਖ ਮੋਚਨ ਤੇ ਆਪ ਮਹਾਰਾਜ ਸਾਹਿਬ ਜੀ ਜਿਨ੍ਹਾਂ ਵੱਲ ਆਪਣੀ ਕਿਰਪਾ ਭਰੀ ਦ੍ਰਿਸ਼ਟੀ ਨਾਲ ਤੱਕਦੇ ਹਨ ਤੇ ਨਾਲ ਹੀ ਉਹਨਾਂ ਨੂੰ ਦੁੱਖਾਂ ਤੋਂ ਛੁਡਾ ਲੈਂਦੇ ਹਨ ਵਿਆਪਕ ਘਟ ਘਟ ਕੀ ਸਭ ਜਾਣਤ ਤੇ ਘਟ ਘਟ ਵਿੱਚ ਵਿਆਪਕ ਸਰੂਪ ਹੈ ਮਹਾਰਾਜ ਸਾਹਿਬ ਜੀ ਦਾ ਨਿਰਗੁਣ ਸਰੂਪ ਹੈ ਤੇ ਕਟਾਂ-ਕਟਾਂ ਵਿੱਚ ਥਾਵਾਂ-ਥਾਵਾਂ ਤੇ ਜਿੱਥੇ ਕਿਤੇ ਵੀ ਜੋ ਕੁਝ ਹੋ ਰਿਹਾ ਹੈ ਮਹਾਰਾਜ ਸਾਹਿਬ ਸਭ ਜਾਣਦੇ ਹਨ ਆਸ ਕਹੇ ਬਿਨ ਪੂਰਨ ਠਾਨਤ ਤੇ ਜਿਹੜੇ ਕਹਿ ਨਹੀਂ ਸਕਦੇ ਜਿੰਨਾਂ ਨੂੰ ਕਹਿਣ ਦਾ ਜਾਂ ਅਰਦਾਸ ਬੇਨਤੀ ਕਰਾਉਣ ਦਾ ਮੌਕਾ ਨਹੀਂ ਹੈ ਮਿਲਦਾ ਤੇ ਉਹਨਾਂ ਦੀਆਂ ਆਸਾਂ ਵੀ ਮਹਾਰਾਜ ਸਾਹਿਬ ਬਿਨਾਂ ਆਖੇ ਤੋਂ ਹੀ ਬਿਨਾਂ ਹੀ ਅਰਦਾਸ ਕਰਨ ਤੋਂ ਪੂਰੀਆਂ ਕਰਦੇ ਹਨ ਜੇ ਸਹਿ ਕਾਮੀ ਦਾਸ ਮਹਾਨੈ ਜਿਹੜੇ ਬਹੁਤ ਸਾਰੇ ਦਾਸ ਸੇਵਕ ਕਾਮਨਾਵਾਂ ਦੇ ਸਹਿਤ ਮਹਾਰਾਜ ਸਾਹਿਬ ਜੀ ਦੇ ਹਜ਼ੂਰ ਪਹੁੰਚੇ ਹਨ ਕਲਪਤਰੋ ਵਰ ਕੀ ਸਮਝਾਨੈ ਤੇ ਉਹ ਕਲਪ ਬ੍ਰਿਸ਼ ਸਮਾਨ ਸਤਿਗੁਰੂ ਸਾਹਿਬ ਜੀ ਨੂੰ ਸਮਝਦੇ ਐ ਕਿ ਜਿਵੇਂ ਕਲਪ ਬ੍ਰਿਸ਼ ਦੀ ਪ੍ਰੀਤ ਕਰਨ ਵਾਲਿਆਂ ਨੂੰ ਜਿਹੜੇ ਸਮਝਦੇ ਹਨ ਕਿ ਕਲਪ ਬ੍ਰਿਸ਼ ਸਾਡੀਆਂ ਭਾਵਨਾਵਾਂ ਪੂਰੀਆਂ ਕਰਦਾ ਹੈ ਤੇ ਉਸ ਤਰੀਕੇ ਨਾਲ ਜਿਹੜੇ ਇਸ ਪ੍ਰਕਾਰ ਜਾਣਦੇ ਆ ਕਿ ਮਹਾਰਾਜ ਸਾਹਿਬ ਜੀ ਸਾਡੇ ਵਾਸਤੇ ਹੀ ਕਲਪ ਬ੍ਰਿਸ਼ ਹਨ ਸਾਰੇ ਫਲ ਔਰ ਸਾਡੇ ਪਦਾਰਥ ਦੇਣ ਵਾਲੇ ਨੇ ਇਸ ਤਰ੍ਹਾਂ ਜਿਹੜੇ ਸਮਝਦੇ ਆ ਉਹਨਾਂ ਨੂੰ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ ਜਗਿਆਸੀ ਜੇਤਕ ਢਿਗ ਆਏ ਤੇ ਜਿੰਨੇ ਵੀ ਜਗਿਆਸੂ ਲੋਕ ਮਹਾਰਾਜ ਸਾਹਿਬ ਜੀ ਦੇ ਪਾਸ ਆਏ ਹਨ ਬੇਸ਼ੈ ਨ ਸਰੂਪ ਲਖ ਹੈ ਮਨ ਪਾਏ ਤੇ ਉਹ ਆਪਣੇ ਮਨ ਭੌਂਦਾ ਪਰਮੇਸ਼ਰ ਦਾ ਸਰੂਪ ਕਰਕੇ ਸ੍ਰੀ ਗੁਰੂ ਹਰ ਰਾਜ ਸਾਹਿਬ ਜੀ ਨੂੰ ਜਾਣਦੇ ਹਨ ਕਿਤਕ ਮਮੂਖੀ ਦਰਸ਼ਨ ਕਰੈ ਕਈ ਮੁਕਤੀ ਦੀ ਇੱਛਾ ਵਾਲੇ ਸਤਿਗੁਰੂ ਹਰ ਰਾਜ ਸਾਹਿਬ ਮਹਾਰਾਜ ਜੀ ਦੇ ਆਣ ਕੇ ਜੋ ਦਰਸ਼ਨ ਕਰਦੇ ਨੇ ਇੱਕ ਹੈ ਗਿਆਨ ਕੋ ਸੂਰਜ ਚਰੈ ਤਾਂ ਉਹ ਇਸ ਤਰ੍ਹਾਂ ਦੇਖਦੇ ਐ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਿ ਜਿਵੇਂ ਗਿਆਨ ਦਾ ਹੀ ਸੂਰਜ ਰੂਪ ਮਹਾਰਾਜ ਸਾਹਿਬ ਜੀ ਚੜ ਰਹੇ ਹਨ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋ ਬਚਨਾਂ ਰੂਪੀ ਕਿਰਣਾ ਦਾ ਪ੍ਰਕਾਸ਼ ਸਾਨੂੰ ਪ੍ਰਾਪਤ ਹੋਵੇ ਐਸੀ ਇੱਛਾ ਵਾਲੇ ਉਹਨਾਂ ਦੇ ਹਿਰਦੇ ਵਿੱਚ ਮਹਾਰਾਜ ਸਾਹਿਬ ਬ੍ਰਹਮ ਗਿਆਨ ਦਾ ਪ੍ਰਕਾਸ਼ ਕਰਦੇ ਨੇ ਇਸ ਪ੍ਰਕਾਰ ਮੇਲਾ ਬਹੁ ਭਇਓ ਇਸ ਤਰ੍ਹਾਂ ਸਤਿਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਦੇ ਪਾਸ ਦੁਆਬੇ ਦੇ ਇਲਾਕੇ ਵਿੱਚ ਵਸੇ ਹੋਏ ਸ੍ਰੀ ਕਰਤਾਰਪੁਰ ਸਾਹਿਬ ਨਗਰ ਦੇ ਵਿੱਚ ਭਾਰੀ ਸੰਗਤਾਂ ਦਾ ਜੋੜ ਮੇਲਾ ਹੋਇਆ ਦਰਸਤ ਚਿਤ ਬਾਛਤ ਕੋ ਲਿਓ ਤੇ ਜਿਨ੍ਹਾਂ ਨੇ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਭਾਵਨਾ ਨਾਲ ਕੀਤੇ ਹਨ ਉਹਨਾਂ ਨੇ ਮਨ ਇਛਤ ਫਲ ਪ੍ਰਾਪਤ ਕੀਤੇ ਪੰਜ ਦਿਵਸ ਲੋ ਸੰਗਤ ਰਹੀ ਵੈਸਾਖੀ ਦਾ ਜੋੜ ਮੇਲਾ ਕਰਤਾਰਪੁਰ ਵਿਖੇ ਹੋਇਆ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਪੰਜ ਦਿਨਾਂ ਤੱਕ ਜੋੜ ਮੇਲੇ ਦੇ ਕਾਠ ਵਿੱਚ ਸੰਗਤਾਂ ਰਹੀਆਂ ਹਨ ਘਰ ਕੋ ਜਾਣ ਕਰ ਹੈ ਮਨ ਨਹੀਂ ਜਿਹੜੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਆਏ ਨੇ ਤੇ ਸਤਿਗੁਰਾਂ ਦੇ ਕੋਲ ਆ ਕੇ ਸਤਸੰਗਤ ਕਰਕੇ ਸੇਵਾ ਸਿਮਰਨ ਕਰਕੇ ਹਜ਼ੂਰ ਦੀ ਸੰਗਤ ਦਾ ਆਨੰਦ ਮਾਣ ਕੇ ਜਿਨ੍ਹਾਂ ਨੇ ਆਨੰਦ ਪਾਇਆ ਹੈ ਉਹਨਾਂ ਦਾ ਚਿੱਤ ਹੀ ਨਹੀਂ ਕਰਦਾ ਕਿ ਅਸੀਂ ਆਪਣੇ ਘਰ ਨੂੰ ਵੀ ਜਾਣਾ ਹੈ ਆਪਸ ਮਹਿ ਸਿੱਖ ਸੰਗਤ ਮੇਲਾ ਉਹਨਾਂ ਨੂੰ ਘਰ ਜਾਣ ਦਾ ਵੀ ਖਿਆਲ ਨਹੀਂ ਆਉਂਦਾ ਇਸ ਪ੍ਰਕਾਰ ਆਪਸ ਵਿੱਚ ਵੀ ਸੰਗਤਾਂ ਦਾ ਬਹੁਤਾ ਮੇਲ ਮਿਲਾਪ ਪ੍ਰੇਮ ਬਣਿਆ ਹੈ ਸ਼ਬਦ ਅਰਥ ਸੰਵਾਦ ਸੁਹੇਲਾ ਤੇ ਸ਼ਬਦਾਂ ਦਾ ਅਰਥ ਸਮਝਣ ਦਾ ਵੀ ਜੋ ਭਾਰੀ ਸੁਖਦਾਈ ਸੰਵਾਦ ਹੁੰਦਾ ਹੈ ਵਿਚਾਰ ਹੁੰਦਾ ਹੈ ਔਰ ਚਰਚਾ ਹੁੰਦੀ ਹੈ ਸ਼ਬਦਾਂ ਦੀ ਵਿਚਾਰ ਹੁੰਦੀ ਗੁਰ ਉਪਦੇਸ਼ ਦੀ ਪਰਚਤ ਅਤ ਅਨੰਤ ਕੋ ਪਾਏ ਤੇ ਬਹੁਤੇ ਆਨੰਦ ਨੂੰ ਅਨੰਤ ਸਰੂਪ ਪਰਮੇਸ਼ਰ ਦੇ ਆਨੰਦ ਨੂੰ ਪ੍ਰਾਪਤ ਕਰਦੇ ਹਨ ਜਿਹੜੇ ਸ਼ਬਦ ਦੀ ਵਿਚਾਰ ਵਿੱਚ ਜਿਨ੍ਹਾਂ ਦੇ ਚਿੱਤ ਪਰਚਦੇ ਨੇ ਧਨ ਤਨ ਗੁਰ ਸਤ ਤੋ ਸੁਣਾਏ ਤੇ ਸਤਗੁਰੂ ਮਹਾਰਾਜ ਸਾਹਿਬ ਜੀ ਦੀ ਉਸਤਤ ਉਹ ਸੁਣਾਉਂਦੇ ਹੈ ਕਿ ਧਨ ਹਨ ਸਤਗੁਰੂ ਹਰ ਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾ ਜਿਨ੍ਹਾਂ ਦੇ ਉਪਦੇਸ਼ ਦੀ ਵਿਚਾਰ ਕਰਕੇ ਜਿਨ੍ਹਾਂ ਦੇ ਦਰਸ਼ਨ ਕਰਕੇ ਜਿਨ੍ਹਾਂ ਦੇ ਬਚਨ ਸੁਣ ਕੇ ਜਿਨ੍ਹਾਂ ਦੀ ਸੰਗਤ ਕਰਕੇ ਆਨੰਦ ਪ੍ਰਾਪਤ ਹੁੰਦਾ ਹੈ ਐਸੀ ਉਸਤਤ ਕਰਦੇ ਹਨ ਸਤਿਗੁਰਾਂ ਦੀ ਬੋਹਰ ਬਿਸਰਜਨ ਗੁਰ ਤੇ ਪਹਿ ਤੈ ਫੇਰ ਵੈਸਾਖੀ ਦੇ ਪਾਰੀ ਜੋੜ ਮੇਲੇ ਦੇ ਵਿੱਚ ਸਮੂਲੀਅਤ ਕਰਨ ਤੋਂ ਬਾਅਦ ਵਿੱਚ ਸਮੂਹ ਸੰਗਤਾ ਮਹਾਰਾਜ ਸਾਹਿਬ ਜੀ ਦੇ ਪਾਸੋਂ ਵਿਦਾ ਹੋਈਆਂ ਨੇ ਹਰ ਕੇਸ ਰੋ ਪਾਪ ਨਿਜ ਲਏ ਤੇ ਬਹੁਤ ਹੀ ਖੁਸ਼ੀਆਂ ਦੇ ਸਹਿਤ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸੋਂ ਜਿਹੜੇ ਮੁਖੀ ਮਸੰਦ ਸਿੱਖ ਹਨ ਉਹਨਾਂ ਨੇ ਸਿਰੋਪਾਉ ਪ੍ਰਾਪਤ ਕੀਤੇ ਜਿਸ ਜਿਸ ਦੇਸ਼ ਮਸੰਦ ਜੋ ਛੋਰੇ ਤੇ ਜਿਹੜੇ ਜਿਹੜੇ ਇਲਾਕੇ ਦੇਸ਼ ਦੇ ਵਿੱਚ ਜਿਹੜੇ ਜਿਹੜੇ ਮਸੰਦ ਮਹਾਰਾਜ ਸਾਹਿਬ ਜੀ ਨੇ ਗੁਰੂ ਘਰ ਦੀ ਕਾਰ ਭੇਟਾ ਇਕੱਠੀ ਕਰਨ ਲਈ ਅਤੇ ਗੁਰਮਤਿ ਦਾ ਪ੍ਰਚਾਰ ਕਰਨ ਲਈ ਛੱਡੇ ਹੋਏ ਹਨ ਲੈ ਲੈ ਖੁਸ਼ੀ ਚੱਲੇ ਤਿਸ ਓਰੇ ਤੇ ਉਹ ਮਹਾਰਾਜ ਸਾਹਿਬ ਜੀ ਦੇ ਪਾਸੋਂ ਮਸੰਦ ਸੇਵਕ ਖੁਸ਼ੀਆਂ ਪ੍ਰਾਪਤ ਕਰਕੇ ਸਿਰੋਪਾਉ ਦੀਆਂ ਬਖਸ਼ਿਸ਼ਾਂ ਪਾ ਕੇ ਆਪੋ ਆਪਣੇ ਇਲਾਕਿਆਂ ਵੱਲ ਨੂੰ ਚਲੇ ਗਏ ਜੇ ਨਰ ਮੁਖਿ ਸੰਗਤਾਂ ਮਾਹੀ ਜਿਹੜੇ ਸੰਗਤਾਂ ਵਿੱਚੋਂ ਮੈਂ ਮੁਖੀ ਸਿੱਖ ਹਨ ਬਹੁਤੀ ਸੰਗਤ ਨੂੰ ਆਪਣੇ ਨਾਲ ਲੈ ਕੇ ਆਏ ਮਹਾਰਾਜ ਦੇ ਕੋਲ ਗੁਰ ਤੇ ਸਿਰੇ ਪਾਉ ਲੈ ਜਾਹੀ ਉਹ ਵੀ ਸਤਗੁਰੂ ਮਹਾਰਾਜ ਸਾਹਿਬ ਜੀ ਤੋਂ ਸਿਰੋਪਾਉ ਪ੍ਰਾਪਤ ਕਰਕੇ ਜਾਂਦੇ ਹਨ ਧਨਤਾ ਮਨ ਕੀ ਕੁਸ਼ਲ ਬਲੰਦ ਤੇ ਆਪਣੇ ਧਨ ਦੇ ਵਿਵਹਾਰਾਂ ਦੀ ਵੀ ਸੁਖ ਚਾਹੁੰਦੇ ਹਨ ਔਰ ਘਰਾਂ ਪਰਿਵਾਰਾਂ ਦੇ ਵਿੱਚ ਵੀ ਸੁਖ ਜੋ ਚਾਹੁੰਦੇ ਹਨ ਸੇਵਕ ਗੁਰ ਦਿਸ਼ ਤੇ ਚਹ ਚਲੇ ਆਨੰਦ ਇਸ ਤਰ੍ਹਾਂ ਸੁਖ ਦੀ ਪ੍ਰਾਪਤੀ ਚਾਹੁੰਦੇ ਹੋਏ ਮਹਾਰਾਜ ਸਾਹਿਬ ਜੀ ਨੂੰ ਨਮਸਕਾਰਾਂ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਵਿਦਾ ਹੋਏ ਕਿ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਧਨ ਦੀ ਕਿਰਤ ਕਮਾਈ ਕਰਨ ਵਿੱਚ ਵੀ ਆਪ ਜੀ ਨੇ ਵਿਵਹਾਰਾਂ ਵਿੱਚ ਵੀ ਸਹਾਇਤਾ ਬਖਸ਼ਿਸ਼ ਕਰਨੀ ਪਰਿਵਾਰਾਂ ਦੇ ਸੰਬੰਧੀਆਂ ਦੇ ਵਿੱਚ ਵੀ ਆਪ ਕਿਰਪਾ ਕਰਕੇ ਸੁਖ ਆਨੰਦ ਅਸਰ ਸੁਖ ਇਤਫਾਕ ਬਖਸ਼ਿਸ਼ ਕਰਨਾ ਕਲ ਕਲੇਸ਼ ਦਾ ਖਾਤਮਾ ਕਰਨਾ ਤੇ ਸੁਭਾਵਾਂ ਨੂੰ ਵੀ ਆਪਣੇ ਆਪ ਜੀ ਦੇ ਬਚਨਾਂ ਦੇ ਅਨਸਾਰ ਚਲਾਉਣ ਦਾ বল ਬਖਸ਼ਿਸ਼ ਕਰਨਾ ਐਸੀਆਂ ਬੇਨਤੀਆਂ ਕਰਦੇ ਹੋਏ ਜਾਂਦੇ ਸਾਗਰਾੰਥ ਅਬਨੀ ਲੋ ਜਾਵੇਂ ਜਿਹੜੇ ਸਾਗਰਾਂ ਦੇ ਕਿਨਾਰੇ ਤੱਕ ਜਿੱਥੇ ਕਿ ਧਰਤੀ ਹੈ ਉਥੋਂ ਤੱਕ ਵੀ ਜਿਹੜੇ ਵਸਣ ਵਾਲੇ ਹਨ ਉਹਨਾਂ ਸੰਗਤਾਂ ਦੇ ਪਾਸ ਵੀ ਮਸੰਦ ਸੇਵਕ ਜਾਂਦੇ ਹਨ ਗੁਰਮਤਿ ਦਾ ਪ੍ਰਚਾਰ ਕਰਨ ਵਾਸਤੇ ਅਨਕਟਾਪੂ ਅਨਤੇ ਨਰ ਆਵੇਂ ਇਹ ਸਮੁੰਦਰ ਦੇ ਵਿੱਚ ਜਿਹੜੇ ਅਨੇਕਾ ਟਾਪੂ ਹਨ ਉਥੋਂ ਵੀ ਮਹਾਰਾਜ ਸਾਹਿਬ ਜੀ ਦੇ ਪਾਸ ਸਿੱਖ ਸੇਵਕ ਆਏ ਹਨ ਸਤਿਗੁਰੂ ਜੀ ਦੇ ਦਰਸ਼ਨ ਕਰਨ ਲਈ ਵਿਸਾਖੀ ਦੇ ਜੋੜ ਮੇਲੇ ਵਿੱਚ ਹਾਜ਼ਰੀ ਭਰਨ ਵਾਸਤੇ ਸੋ ਜਸ ਮਹਾਨ ਬਖਾਨਤ ਜਾਤੇ ਤੇ ਜਦੋਂ ਮਹਾਰਾਜ ਸਾਹਿਬ ਜੀ ਦੇ ਪਾਸੋਂ ਵਿਦਾ ਹੋ ਕੇ ਜਿਹੜੇ ਵੀ ਸਿੱਖ ਸੇਵਕ ਜਾਂਦੇ ਆ ਉਹ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਜਸ ਹੀ ਗਾਉਂਦੇ ਜਾਂਦੇ ਹਨ ਸਤਿਗੁਰ ਸਕਲ ਜਗਤ ਕੇ ਦਾਤੇ ਇਸ ਤਰ੍ਹਾਂ ਆਖਦੇ ਨੇ ਕਿ ਸਤਿਗੁਰੂ ਹਰ ਰਾਏ ਸਾਹਿਬ ਮਹਾਰਾ ਸੱਚੇ ਪਾਦਸ਼ਾਹ ਜੀਤਾ ਸਾਰੇ ਹੀ ਜਗਤ ਦੇ ਜੀਵਾਂ ਦੇ ਦਾਤੇ ਨੇ ਏ ਨਹੀਂ ਕਿ ਕੇਵਲ ਸਿੱਖ ਹੀ ਜਾਂਦਾ ਹੈ ਤੇ ਉਸ ਨੂੰ ਮਹਾਰਾ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀ ਹੈ ਜਿਹੜਾ ਵੀ ਕੋਈ ਭਾਵਨਾ ਦੇ ਨਾਲ ਕਿਸੇ ਵੀ ਮਤ ਵਾਲਾ ਭਾਵੇਂ ਕੋਈ ਉਦਾਸੀ ਜਾਵੇ ਜਾਂ ਕੋਈ ਦਿਗੰਬਰ ਹੋਰ ਸਾਧੂ ਕੋਈ ਜਾਵੇ ਹੋਰ ਕਿਸੇ ਮਤ ਨਾਲ ਸੰਬੰਧ ਰੱਖਣ ਵਾਲਾ ਗੁਰੂ ਸਾਹਿਬ ਜੀ ਦੇ ਮਹੰਮਾ ਸੁਣ ਕੇ ਜਿਹੜਾ ਸਤਗੁਰਾਂ ਦੇ ਪਾਸ ਜਾਂਦਾ ਹੈ ਉਸ ਦੇ ਉੱਪਰ ਮਹਾਰਾ ਸਾਹਿਬ ਜੀ ਦੀ ਕਿਰਪਾ ਹੁੰਦੀ ਹੈ ਸਤਗੁਰ ਸਕਲ ਜਗਤ ਕੇ ਦਾਤੇ ਕਿਉਂਕਿ ਸਤਗੁਰੂ ਮਹਾਰਾਜ ਸਾਹਿਬ ਜੀ ਸਾਰੇ ਹੀ ਜਗਤ ਦੇ ਜੀਵਾਂ ਦੇ ਦਾਤੇ ਹਨ ਬੋਹਰ ਕਿਤਕ ਜਬ ਦਿਵਸ ਬਿਤਾਏ ਤੇ ਇਸ ਤਰ੍ਹਾਂ ਦੁਆਬੇ ਵਾਲੇ ਸ੍ਰੀ ਕਰਤਾਰਪੁਰ ਸਾਹਿਬ ਨਗਰ ਦੇ ਵਿੱਚ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ राय ਸਾਹਿਬ ਮਹਾਰਾਜ ਜੀ ਦੇ ਨਿਵਾਸ ਕਰਨ ਤੇ ਕਈ ਮਹੀਨੇ ਨਿਵਾਸ ਮਹਾਰਾਜ ਸਾਹਿਬ ਜੀ ਨੇ ਜਦ ਉੱਥੇ ਰੱਖਿਆ ਹੈ ਮੈਂ ਸਾਖੀ ਦਾ ਪਾਰੀ ਜੋੜ ਮੇਲਾ ਉੱਥੇ ਹੀ ਮਨਾਇਆ ਹੈ ਇਹ ਫੇਰ ਕਿੰਨੇ ਹੀ ਦਿਨ ਜਦੋਂ ਬਾਅਦ ਵਿੱਚ ਉੱਥੇ ਬੀਤੇ ਹਨ ਸ੍ਰੀ ਕਰਤਾਰਪੁਰੇ ਸੁਖ ਪਾਏ ਸ੍ਰੀ ਕਰਤਾਰਪੁਰ ਸਾਹਿਬ ਜੋ ਦੁਆਬੇ ਵਿੱਚ ਨਗਰ ਹੈ ਉੱਥੇ ਮਹਾਰਾਜ ਸਾਹਿਬ ਜੀ ਨੇ ਸੰਗਤ ਬਖਸ਼ਿਸ਼ ਕੀਤੀ ਹੈ ਸਿੱਖਾਂ ਸੇਵਕਾਂ ਨੂੰ ਇਲਾਕੇ ਦੀਆਂ ਸੰਗਤਾਂ ਨੂੰ ਔਰ ਸੁਖ ਬਖਸ਼ਿਸ਼ ਕੀਤਾ ਹੈ ਸੰਗਤ ਨੂੰ ਇੱਕ ਦਿਜ ਕੋ ਨੰਦਨ ਮਰ ਗयो ਤਾਂ ਉਸ ਵੇਲੇ ਮਸਾਖੀ ਦੇ ਜੋੜ ਮੇਲੇ ਤੋਂ ਬਾਅਦ ਵਿੱਚ ਕਈ ਦਿਨ ਉੱਥੇ ਮਹਾਰਾਜ ਸਾਹਿਬ ਜਦ ਰਹੇ ਹੈ ਤਾਂ ਇੱਕ ਦਿਨੇ ਇਸ ਤਰ੍ਹਾਂ ਹੋਇਆ ਕਿ ਇੱਕ ਜੋ ਬ੍ਰਾਹਮਣ ਸੀ ਗੁਰੂ ਘਰ ਦਾ ਸ਼ਰਧਾਲੂ ਉਸ ਦਾ ਜੋ ਪੁੱਤਰ ਚੜ੍ਹਾਈ ਕਰ ਗਿਆ ਦਵਾਦਸ਼ ਸੰਮਤ ਕੋ ਜਬ ਭਇਓ ਜਦੋਂ ਉਸ ਦਾ ਲੜਕਾ 12 ਵਰਿਆਂ ਦੀ ਉਮਰ ਦਾ ਹੋਇਆ ਗੁਰਦ ਸੌਂਧੀਆਂ ਜਿਜ ਸੁਤ ਕਰਿਓ ਤੇ ਉਹ ਅਚਨ ਚੇਤ ਹੀ ਚੜ੍ਹਾਈ ਕਰ ਗਿਆ ਜਿਸ ਨੂੰ ਉਸ ਬ੍ਰਾਹਮਣ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦਸਵੰਧਿਆ ਬਣਾਇਆ ਸੀ ਭਾਵ ਕਿ ਇਹ ਸਤਿਗੁਰੂ ਸਾਹਿਬ ਜੀ ਦੇ ਪਾਸ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢ ਕਰਕੇ ਸੇਵਾ ਵਿੱਚ ਰਿਹਾ ਕਰੇਗਾ। ਸੋ ਜਿਵੇਂ ਦਸਵੰਦ ਭੇਟਾ ਕਰੀਦਾ ਇਸ ਪ੍ਰਕਾਰ ਸੇਵਾ ਵਿੱਚ ਹਾਜ਼ਰ ਰਿਹਾ ਕਰਨਾ ਇਸ ਨੇ ਐਸੀ ਭਾਵਨਾ ਉਸ ਨੇ ਕੀਤੀ ਹੋਈ ਸੀ ਕਿਉਂਕਿ ਇਸ ਤਰ੍ਹਾਂ ਉਹ ਕਰਦੇ ਸਨ ਜਿੰਨਾਂ ਨੂੰ ਕੋਈ ਸੋ ਔਲਾਦ ਦੀ ਪ੍ਰਾਪਤੀ ਵਾਸਤੇ ਜਿਹੜੇ ਯਤਨ ਕਰਦੇ ਕਿ ਘਰ ਵਿੱਚ ਪੁੱਤਰ ਦੀ ਦਾਤ ਪ੍ਰਾਪਤ ਹੋ ਜਾਏ ਤਾਂ ਮਹਾਰਾਜ ਸਾਹਿਬ ਜੀ ਦੀ ਸੇਵਾ ਵਿੱਚ ਆਪਣੇ ਪੁੱਤਰ ਨੂੰ ਅਸੀਂ ਹਾਜ਼ਰ ਕਰਿਆ ਕਰਾਂਗੇ ਐਸੀ ਭਾਵਨਾ ਇਸ ਬ੍ਰਾਹਮਣ ਦੇ ਮਨ ਵਿੱਚ ਸੀ ਤਉ ਨ ਜਿਉ ਅਚਾਨਕ ਮਰਿਓ ਭਾਵੇਂ ਕੇ ਇਸ ਨੇ ਭਾਵਨਾ ਕੀਤੀ ਸੀ ਕਿ ਮਹਾਰਾਜ ਸਾਹਿਬ ਜੀ ਦਾ ਦਸਬੰਧੀਆਂ ਬਣਾ ਕੇ ਰੱਖਣਾ ਜੋ ਆਪਣਾ ਸਮਾਜ ਜਿਵੇਂ ਇੱਕ ਵਰੇ ਦਾ ਹੈ ਦਸਵਾਂ ਹਿੱਸਾ ਇੱਕ ਸਾਲ ਦੇ ਵਿੱਚੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸੇਵਾ ਦੇ ਵਿੱਚ ਆਪਣੇ ਬੱਚੇ ਨੂੰ ਹਾਜ਼ਰ ਕਰਕੇ ਰੱਖਣਾ ਸੋ ਇਸ ਪ੍ਰਕਾਰ ਦਾ 1-2 ਮਹੀਨੇ ਮਹਾਰਾਜ ਸਾਹਿਬ ਜੀ ਦੇ ਪਾਸ ਸੇਵਾ ਵਿੱਚ ਰੱਖਣਾ ਸੋ ਇਸ ਤਰ੍ਹਾਂ ਦੀ ਜਿਸ ਦੀ ਭਾਵਨਾ ਸੀ ਭਾਵੇਂ ਐਸੀ ਭਾਵਨਾ ਕੀਤੀ ਸੀ ਪਰ ਫਿਰ ਵੀ 12 ਵਰਿਆਂ ਦਾ ਹੋ ਕੇ ਇਸ ਦਾ ਲੜਕਾ ਚੜ੍ਹਾਈ ਕਰ ਗਿਆ ਇੱਕ ਹੀ ਹੋ ਤੋ ਪ੍ਰਾਨ ਤੇ ਪਿਆਰੋ ਫਿਰ ਉਹਨਾਂ ਜਿਉ ਅਚਾਨਕ ਮਰਿਆ ਤੇ ਅਚਨਚੇਤ ਹੀ ਜਦੋਂ ਇਸ ਦੀ ਮੌਤ ਹੋਈ ਹੈ ਬ੍ਰਾਹਮਣ ਦੇ ਲੜਕੇ ਦੀ ਇੱਕ ਹੀ ਹੋ ਤੋ ਪ੍ਰਾਨ ਤੇ ਪਿਆਰੋ ਤੇ ਇੱਕ ਹੀ ਇਹਨਾਂ ਦਾ ਬੱਚਾ ਸੀ ਜਿਹੜਾ ਪ੍ਰਾਣਾ ਨਾਲੋਂ ਵੀ ਵੱਧ ਪਿਆਰਾ ਇਹਨਾਂ ਵਾਸਤੇ ਜਾਣਿਆ ਜਾਂਦਾ ਸੀ ਅਣਕ ਉਪਾਏ ਬਿਪਰ ਕਰ ਪਾਰੋ ਤੇ ਇਹਨਾਂ ਬ੍ਰਾਹਮਣਾ ਨੇ ਜੋ ਬਹੁਤ ਹੀ ਯਤਨ ਕਰਕੇ ਉਸ ਦੀ ਪਰਵਰਿਸ਼ ਪਾਲਣਾ ਕੀਤੀ ਸੀ ਨਿਸ ਦਿਨ ਮੁਖ ਦੇਖਤ ਸੁਖ ਪਾਵਤ ਤੇ ਰਾਤ ਦਿਨ ਆਪਣੇ ਬੱਚੇ ਨਾਲ ਪ੍ਰੀਤ ਕਰਦਿਆ ਹੋਇਆ ਇਹ ਦੋਵੇਂ ਹੀ ਜੋ ਪਤੀ ਪਤਨੀ ਬੜੇ ਪ੍ਰੇਮ ਨਾਲ ਉਸ ਦਾ ਮੁਖ ਤੱਕ ਦੇ ਸੁਖ ਪਾਉਂਦੇ ਰਹਿੰਦੇ ਵਹਿਰ ਪ੍ਰਾਨ ਸੰਸਰ ਮਨ ਭਾਵਤ ਤੇ ਇਸ ਤਰ੍ਹਾਂ ਦਾ ਆਪਣੇ ਮਨ ਵਿੱਚ ਉਸ ਨੂੰ ਸਮਝਦੇ ਇਸ ਤਰ੍ਹਾਂ ਦੀ ਭਾਵਨਾ ਉਸ ਨਾਲ ਪ੍ਰੀਤ ਰੱਖਦੇ ਕਿ ਜਿਵੇਂ ਕਿ ਸਾਡੇ ਪ੍ਰਾਨ ਹੀ ਹਨ ਜੋ ਸਾਡੇ ਲੜਕੇ ਦੇ ਰੂਪ ਵਿੱਚ ਹੀ ਸੋ ਬਾਹਰ ਵਿਚਰ ਰਹੇ ਹਨ ਸੋ ਇਸ ਪ੍ਰਕਾਰ ਪ੍ਰਾਣਾ ਮੰਗ ਆਪਣੇ ਪ੍ਰਾਣਾ ਨਾਲ ਜਿਵੇਂ ਆਪਣੇ ਸਰੀਰ ਨਾਲ ਮਨੁੱਖ ਦਾ ਪ੍ਰੇਮ ਹੁੰਦਾ ਹੈ ਇਸ ਤਰ੍ਹਾਂ ਪ੍ਰਾਣਾ ਨਾਲੋਂ ਵੱਧ ਕਰਕੇ ਆਪਣੇ ਲੜਕੇ ਨਾਲ ਪ੍ਰੀਤ ਸੀ ਜਦ ਮਰ ਗयो ਸ਼ੋਕ ਉਪਜਾਇਓ ਜਦੋਂ 12 ਵਰਿਆਂ ਦਾ ਲੜਕਾ ਬ੍ਰਾਹਮਣ ਦਾ ਮਰ ਗਿਆ ਤੇ ਬਹੁਤ ਸ਼ੋਕ ਗਮ ਹੋਇਆ ਇਹਨਾਂ ਨੂੰ ਪਿਆਰੋ ਜਿਤਕ ਤਿਤਕ ਦੁੱਖ ਪਾਇਓ ਤੇ ਜਿੰਨਾ ਹੀ ਇਹਨਾਂ ਦੇ ਮਨ ਵਿੱਚ ਕਵੀ ਜੀ ਦੱਸਦੇ ਆ ਕਿ ਪ੍ਰੇਮ ਸੀ ਨਾ ਉਹਨਾਂ ਹੀ ਦੁੱਖ ਪਾਇਆ ਜਿੰਨਾ ਹੀ ਮੋਹ ਸੀ ਕਿਉਂਕਿ ਮੋਹ ਵੀ ਬਹੁਤ ਜ਼ਿਆਦਾ ਸੀ ਉਸ ਨਾਲ ਤੇ ਉਹਨਾਂ ਹੀ ਫਿਰ ਬਾਅਦ ਵਿੱਚ ਉਸ ਦੇ ਚੜਾਈ ਕਰਨ ਤੇ ਜਿਆਦਾ ਦੁੱਖ ਪਾਉਣਾ ਪਿਆ ਜਨਨੀ ਕਰੇ ਬਿਰਲਾਪ ਕਨਹਰੇ ਬ੍ਰਾਹਮਣ ਦੀ ਪਤਨੀ ਜੋ ਲੜਕੇ ਦੀ ਮਾਤਾ ਹੈ ਉਹ ਵੀ ਬਹੁਤਾ ਬਿਰਲਾਪ ਕਰਨ ਲੱਗ ਪਈ ਅਹੋ ਪੁੱਤਰ ਕਿਉ ਜਨਮਿਓ ਮੇਰੇ ਤੇ ਉਸ ਦੇ ਚੜਾਈ ਕਰਨ ਤੇ ਇਸ ਤਰ੍ਹਾਂ ਬੇਨਤੀ ਕਰਦੀ ਕਿ हे ਪੁੱਤਰ ਤੂੰ ਜਨਮ ਹੀ ਕਿਉ ਲਿਆ ਸੀ ਸਾਡੇ ਘਰ ਵਿੱਚ ਮਰਿਓ ਕਸ਼ਟ ਅਤ ਸਹਿ ਦੇ ਗयो ਜੇ ਤੂੰ ਮਰ ਗਿਆ ਹੈ ਜਾਂ ਤਾਂ ਤੂੰ ਜੰਮਦਾ ਹੀ ਨਾ ਤਾਂ ਸਾਨੂੰ ਵੀ ਹੌਸਲਾ ਹੁੰਦਾ ਤੇ ਤੇਰੇ ਨਾਲ 뭐 ਨਾ ਕੋ ਪੈਂਦਾ ਜੇ ਤੂੰ ਜਨਮਿਆ ਹੈ ਜਨਮ ਲੈ ਕੇ 12 ਵਰਿਆਂ ਦਾ ਹੋ ਕੇ ਮਰ ਗਿਆ ਤਾਂ ਹੋਰ ਬਹੁਤਾ ਦੁੱਖ ਦੇ ਗਿਆ ਹੈ ਅਜੋ ਨਾ ਜੱਗ ਕੁਛ ਦੇਖਤ ਭਇਓ ਅਏ ਤਾਂ ਹੈ ਪੁੱਤਰ ਤੂੰ ਜਗਤ ਵਿੱਚ ਕੁਝ ਦੇਖਿਆ ਵੀ ਨਹੀਂ ਸੀ ਨਾ ਹੀ ਅਸੀਂ ਤੈਨੂੰ ਜਵਾਨ ਹੋਏ ਨੂੰ ਤੱਕਿਆ ਜਿਜ ਰੋਦਤ ਕਰ ਊਚ ਪੁਕਾਰਾ ਇਸ ਤਰ੍ਹਾਂ ਉਸ ਲੜਕੇ ਦੀ ਮਾਤਾ ਵੀ ਉੱਚੀ ਆਵਾਜ਼ ਵਿੱਚ ਰੋਂਦੀ ਪੁਕਾਰਦੀ ਤੇ ਉਹ ਜੋ ਉਸ ਦਾ ਪਿਤਾ ਹੈ ਉਹ ਵੀ ਬਹੁਤੀਆਂ ਪੁਕਾਰਾਂ ਕਰਦਾ ਬ੍ਰਾਹਮਣ ਹੈ ਸੁਤ ਗੁਰ ਕੋ ਕਰਮੈ ਪਾਰਾ ਤੇ ਇਸ ਤਰ੍ਹਾਂ ਕਹਿੰਦਾ ਕਿ ਹੈ ਪੁੱਤਰ ਤੈਨੂੰ ਤਾਂ ਮੈਂ ਗੁਰੂ ਸਾਹਿਬ ਜੀ ਦਾ ਹੀ ਸੇਵਕ ਜਾਣ ਕਰਕੇ ਪਾਲਿਆ ਸੀ ਨਹ ਸਹਾਇਤਾ ਮੇਰੀ ਕੀ ਨ ਤੇ ਤੂੰ ਜੋ ਜਿਉਂਦਾ ਨਹੀਂ ਰਿਹਾ ਹੈ ਤਾਂ ਮੈਂ ਸਮਝਦਾ ਹਾਂ ਕਿ ਮੇਰੀ ਗੁਰੂ ਸਾਹਿਬ ਨੇ ਸਹਾਇਤਾ ਨਹੀਂ ਹੈ ਕੀਤੀ ਤੇਰੇ ਬਚਾਅ ਵਾਸਤੇ ਜਮਨੇ ਆਏ ਕਰਿਓ ਬਹਿīn ਤੇ ਜਮ ਰਾਜ ਨੇ ਤੇਰਾ ਅੰਤ ਕਰ ਦਿੱਤਾ ਏ ਤੈਨੂੰ ਉਮਰ ਤੋਂ ਹੀਣਾ ਕਰ ਦਿੱਤਾ ਭਾਵ ਤੇਰੇ ਪ੍ਰਾਣਾਂ ਦਾ ਅੰਤ ਹੋ ਗਿਆ ਇਤਿਆਦਿਕ ਦਜ ਦੰਪਤ ਸੋਏ ਇਤਿਆਦਿਕ ਵਿਚਾਰਾਂ ਕਰਦੇ ਹੋਏ ਮੋਧੀਆਂ ਗੱਲਾਂ ਕਰਦੇ ਹੋਏ ਦੋਵੇਂ ਹੀ ਇਹ ਬ੍ਰਾਹਮਣ ਤੇ ਬ੍ਰਾਹਮਣੀ ਜੋ ਲੜਕੇ ਦੇ ਮਾਤਾ ਪਿਤਾ ਬਹੁਤਾ ਵਿਰਲਾਪ ਕਰਦੇ ਕਰਤ ਬਿਲਾਪ ਸ਼ੋਕ ਮੈਂ ਹੋਏ ਵਿਰਲਾਪ ਕਰਦੇ ਹੋਏ ਰੋਂਦੇ ਹੋ ਬਹੁਤੇ ਸ਼ੋਕ ਗਮਗੀਨ ਹੋਏ ਲਿਏ ਅੰਕ ਬਹੁ ਰੋਦਨ ਠਾਨੇ ਤੇ ਆਪਣੀ ਗੋਦ ਵਿੱਚ ਲੈ ਕੇ ਬਹੁਤਾ ਹੀ ਰੋਂਦੇ ਹਨ ਮਿਲੇ ਨਿਕਟ ਕੇ ਲੋਕ ਬਖਾਨੇ ਤੇ ਜਿਹੜੇ ਨੇੜੇ ਆਣ ਕੇ ਲੋਕ ਮਿਲੇ ਨੇ ਉਹ ਕਹਿਣ ਲੱਗੇ ਇਹਨਾਂ ਨੂੰ ਅਬ ਕੀ ਹੋਏ ਸ਼ੋਕ ਵੱਡ ਧਰੋ ਤੇ ਜੇ ਤੁਸੀਂ ਸ਼ੋਕ ਗਮ ਕਰਦੇ ਹੋ ਤਾ ਹੁਣ ਕੀ ਹੋਵੇਗਾ ਇਸ ਤਰ੍ਹਾਂ ਉਹ ਆਖਦੇ ਕਿੰਨੇ ਇਹ ਤਾਂ ਜਿੰਨੇ ਇਹਦੇ ਸਵਾਸ ਥਨ ਪੂਰੇ ਕਰਕੇ ਚਲਾ ਗਿਆ ਤੇ ਜੇ ਜਿਆਦਾ ਰੋਂਦੇ ਹੋ ਤਾਂ ਫਿਰ ਕਿਹੜਾ ਇਹ ਨੇ ਵਾਪਸ ਮੋੜ ਆਉਣਾ ਜਾਹ ਵਹਿਰ ਲੈ ਗਤ ਤਿਸ ਕਰੋ ਇਸ ਕਰਕੇ ਬਾਹਰ ਲੈ ਜਾਓ ਤੇ ਇਸ ਦੇ ਗਤੀ ਵਾਸਤੇ ਹੁਣ ਕੋਈ ਯਤਨ ਕਰੋ ਜੋ ਅੰਤਮਾ ਕਿਰਿਆ ਹੈ ਇਸ ਦੀ ਪੂਰੀ ਨਿਭਾ ਦੇਓ ਨਹੀਂ ਆਰ ਬਲ ਲਿਖੀ ਵਿਧਾਤੇ ਤੇ ਇਸ ਤਰ੍ਹਾਂ ਆਪਣੇ ਮਨ ਵਿੱਚ ਜਾਣੋ ਕਿ ਵਿਧਾਤਾ ਨੇ ਇੰਨੀ ਕੋ ਇਸ ਦੀ ਉਮਰ ਲਿਖੀ ਹੋਈ ਸੀ ਵੱਧ ਨਹੀਂ ਲਿਖੀ ਕਿਉਂ ਦੁਖ ਪਾਵਤ ਰੁਦਨ ਮਹਾਤੇ ਜੇਕਰ ਬਹੁਤਾ ਰੋਂਦੇ ਹੋ ਤਾਂ ਦੁੱਖ ਹੀ ਪਾਉਂਦੇ ਹੋ ਨਾ ਇਸ ਤਰ੍ਹਾਂ ਬਹੁਤਾ ਰੋ ਕੇ ਕਿਉਂ ਦੁੱਖ ਮਨਾਉਂਦੇ ਹੋ ਸੁਨ ਦੰਪਤ ਲੋਕ ਸੰਗ ਕਹੈ ਜਿਹੜੇ ਲੋਕ ਇਸ ਤਰ੍ਹਾਂ ਕਹੈ ਕੇ ਹੌਸਲਾ ਦਿੰਦੇ ਐ ਮਰਜਦੇ ਹਨ ਰੋਣ ਤੋਂ ਉਹਨਾਂ ਤੋਂ ਸੁਣ ਕੇ ਇਸ ਤਰ੍ਹਾਂ ਦੋਵੇਂ ਪਤੀ ਪਤਨੀ ਬ੍ਰਾਹਮਣ ਇਹ ਇਸ ਤਰ੍ਹਾਂ ਬੇਨਤੀ ਕਰਦੇ ਹਮਰੇ ਸ੍ਰੀ ਗੁਰੂ ਰਾਖੇ ਰਹਿ ਕੇ ਭਾਈ ਸਾਡੇ ਤਾਂ ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਦਾ ਰਖਵਾਲੇ ਰਹਿੰਦੇ ਹਨ ਸਦਾ ਪਰੋਸਾ ਹੈ ਤਨ ਕੇਰਾ ਤੇ ਸਾਨੂੰ ਤਾਂ ਸਤਗੁਰੂ ਮਹਾਰਾਜ ਸਾਹਿਬ ਜੀ ਦਾ ਸਦਾ ਵਾਸ ਤੇ ਹਿਰਦਿਆਂ ਵਿੱਚ ਭਰੋਸਾ ਹੈ ਭਇਓ ਅਚਾਨਕ ਮ੍ਰਿਤ ਸੁਤ ਮੇਰਾ ਤੇ ਮੇਰਾ ਪੁੱਤਰ ਅਜਿਨ ਚੇਤ ਹੀ ਚੜਾਈ ਕਰ ਗਿਆ ਹੈ ਭਾਵੇਂ ਅਬ ਪੀ ਵਹਿਰ ਨਹੀਂ ਲੈ ਜਾਵਹਿ ਤੇ ਹੁਣ ਵੀ ਅਸੀਂ ਬਾਹਰ ਨਹੀਂ ਇਸ ਨੂੰ ਲਜਾਵਾਂਗੇ ਇਸ ਦੀ ਅੰਤਮ ਕਿਰਿਆ ਕਰਾਉਣ ਵਾਸਤੇ ਅਜੇ ਵੀ ਸਤਗੁਰ ਪੌਰ ਅਗਾਰੀ ਪਾਵਹਿ ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰਵਾਜ਼ੇ ਅੱਗੇ ਹੀ ਇਸ ਨੂੰ ਪਾ ਕੇ ਰੱਖਾਂਗੇ ਕਹਿ ਹਮਰੋ ਦੇ ਪੁੱਤਰ ਜਿਵਾਏ ਜਾਂ ਤਾਂ ਸਤਿਗੁਰੂ ਮਹਾਰਾਜ ਸਾਹਿਬ ਕਿਰਪਾ ਕਰਕੇ ਸਾਡੇ ਪੁੱਤਰ ਨੂੰ ਜੀਉਂਦਾ ਕਰ ਦੇਣਗੇ ਨਾਹੀਂ ਤ ਤਹ ਦੋਨੋਂ ਮਰ ਜਾਏ ਨਹੀਂ ਤਾਂ ਇੱਥੇ ਸਤਿਗੁਰਾਂ ਦੇ ਦਰ ਤੇ ਹੀ ਅਸੀਂ ਰਹਿ ਕੇ ਮਰ ਜਾਵਾਂਗੇ ਆਪਣੇ ਪ੍ਰਾਣ ਵੀ ਨਿਸ਼ਾਵਨ ਕਰ ਦੇਵਾਂਗੇ ਸੁੱਤ ਕੈ ਸ਼ੋਕ ਨ ਜੀਣ ਨਾ ਹਮਾਰੋ ਤੇ ਸੁੱਤ ਦੇ ਮਰਨ ਕਰਕੇ ਪੁੱਤਰ ਦੇ ਚੜਾਈ ਕਰਨ ਕਰਕੇ ਸਾਨੂੰ ਸ਼ੋਕ ਗਮ ਬਹੁਤ ਰਹਿੰਦਾ ਹੈ ਤੇ ਅਸੀਂ ਜੀਵ ਕੇ ਵੀ ਕੀ ਕਰਾਂਗੇ ਜਿਉਂਦੇ ਰਹਿ ਕੇ ਗੁਰ ਬਿਨ ਅਪਰਨ ਹੀ ਉਪਚਾਰੋ ਸਤਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨਗੇ ਸਾਡਾ ਸ਼ੋਕ ਗਮ ਪੁੱਤਰ ਨੂੰ ਜਿਉਂਦਾ ਕਰਕੇ ਦੂਰ ਕਰ ਦੇਣਗੇ ਸਤਗੁਰਾਂ ਤੋਂ ਬਗੈਰ ਹੋਰ ਕੋਈ ਸਾਡੇ ਵਾਸਤੇ ਹੁਣ ਯਤਨ ਨਹੀਂ ਹੋ ਸਕੇਗਾ। ਇਮ ਕਹਿ ਸੁਤ ਕੋ ਲਿਓ ਉਠਾਏ। ਸਾਥੋਂ ਹੋਰ ਕੋਈ ਯਤਨ ਤਾਂ ਹੁਣ ਹੁੰਦਾ ਨਹੀਂ ਐ। ਇਵੇਂ ਕਹਿ ਕਰਕੇ ਇਹਨਾਂ ਨੇ ਆਪਣੇ ਪੁੱਤਰ ਦੇ ਸਰੀਰ ਨੂੰ ਚੁੱਕਿਆ ਹੈ ਉਸ ਥਾਂ ਤੋਂ ਉੱਚੇ ਰੁਦਨ ਕਰਤ ਚੱਲ ਆਏ ਤੇ ਉੱਚੀ ਆਵਾਜ਼ ਵਿੱਚ ਰੋਂਦੇ ਹੋਏ ਮਹਾਰਾਜ ਸਾਹਿਬ ਦੇ ਅੱਗੇ ਪੁਕਾਰਾਂ ਕਰਦੇ ਹੋਏ ਸਤਿਗੁਰਾਂ ਦੇ ਦਰ ਦੇ ਪਾਸ ਆ ਕੇ ਪਹੁੰਚ ਗਏ ਦੋਹਰਾ ਸ੍ਰੀ ਸਤਗੁਰ ਹਰਿ ਰਾਏ ਕੋ ਤੇ ਜਿੱਥੇ ਸਤਗੁਰੂ ਹਰਿ ਰਾਏ ਸਾਹਿਬ ਮਹਾਰਾਜ ਸਾਹਿਬ ਜੀ ਦਾ ਸਥਾਨ ਹੈ ਨਿਵਾਸ ਹੈ ਜਿੱਥੇ ਫੋਤੋ ਜਹਾਬਰਪੌਰ ਜਿੱਥੇ ਮਹਾਰਾਜ ਸਾਹਿਬ ਨੇ ਦੀਵਾਨ ਸਜਾਇਆ ਹੋਇਆ ਹੈ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਜਾਣ ਤੋਂ ਪਹਿਲਾਂ ਜਿੱਥੇ ਕੇ ਦਰਵਾਜੇ ਦੇ ਪੌੜ ਪੌੜ ਹਨ ਭਾਵ ਦਰਵਾਜੇ ਵਾਲਾ ਰਸਤਾ ਹੈ ਜਿਸ ਥਾਂ ਤੇ ਬ੍ਰਿਤਸੁਤ ਕੋ ਤਹ ਪਾਏ ਕਰ ਤੇ ਉਹ ਥਾਂ ਤੇ ਆਪਣੇ ਮਰੇ ਹੋਏ ਪੁੱਤਰ ਨੂੰ ਦੋਵਾਂ ਬ੍ਰਾਹਮਣ ਪਤੀ ਸਤੀ ਨੇ ਸੋ ਆਪਣੇ ਪੁੱਤਰ ਦੇ ਸਰੀਰ ਨੂੰ ਉੱਥੇ ਦਰ ਤੇ ਪਾ ਦਿੱਤਾ ਹੈ ਦੰਪਤ ਰੋਦਤ ਰੌਰ ਕਿ ਦੋਵੇਂ ਪਤੀ ਪਤਨੀ ਜੋ ਰੋਂਦੇ ਵਿਲਕਦੇ ਤੇ ਆਪਣੇ ਰੋਣ ਦੀ ਵਿਲਕਣ ਦੀ ਹੀ ਆਵਾਜ਼ ਉੱਥੇ ਕਰਦੇ ਇਉਂ ਆ ਕੇ ਦਰ ਤੇ ਪੈ ਗਏ ਕਿ ਮਹਾਰਾਜ ਸੱਚੇ ਪਾਤਸ਼ਾਹ ਹੀ ਕਿਰਪਾ ਕਰਨ ਸਾਡੇ ਪੁੱਤਰ ਨੂੰ ਜਿਉਂਦਾ ਕਰਨ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਕਈ ਸਿੱਖ ਸੇਵਕ ਜਾ ਕੇ ਬੇਨਤੀਆਂ ਕਰਨ ਲੱਗੇ ਮਹਾਰਾਜ ਸਾਹਿਬ ਤੁਸੀਂ ਕਿਰਪਾ ਕਰਕੇ ਇਸ ਦੇ ਪੁੱਤਰ ਨੂੰ ਜਿਉਂਦਾ ਕਰ ਦਿਓ ਤਾਂ ਜਿਵੇਂ ਮਹਾਰਾਜ ਸਾਹਿਬ ਨੇ ਸਿੱਖ ਸੰਗਤਾਂ ਦੇ ਨਾਲ ਵਚਨ ਕੀਤੇ ਕਈਆਂ ਨੂੰ ਆਖਿਆ ਕਿ ਭਾਈ ਪਾਣਾ ਸੀ ਪਰਮੇਸ਼ਰ ਦਾ ਬ੍ਰਾਹਮਣ ਨੂੰ ਸਮਝਾਓ ਇਹਨਾਂ ਨੂੰ ਕਿ ਪਾਣਾ ਮੰਨਣ ਵਾਹਿਗੁਰੂ ਦਾ ਸੋ ਜਿਵੇਂ ਬਚਨ ਕੀਤੇ ਪਰ ਸਿੱਖਾਂ ਸੇਵਕਾਂ ਨੇ ਕਈਆਂ ਨੇ ਬਹੁਤੀ ਵਾਰ ਜਦੋਂ ਆਖਿਆ ਫਿਰ ਮਹਾਰਾਜ ਸਾਹਿਬ ਨੇ ਕਿਹਾ ਕਿ ਬ੍ਰਾਹਮਣ ਦੇ ਪੁੱਤਰ ਦੇ ਥਾਂ ਤੇ ਕੋਈ ਆਪਣੇ ਪ੍ਰਾਣ ਦੇਵੇ ਤਾਂ ਫਿਰ ਸਭ ਚੁੱਪ ਹੋ ਗਏ ਭਾਈ ਜੀਵਨ ਉੱਠਿਆ ਸੀ ਗੁਰੂ ਕਾ ਬਚਨ ਮੰਨ ਕਰਕੇ ਉਸਨੇ ਆਪਣਾ ਸਰੀਰ ਤਿਆਗਿਆ ਸੀ ਬਾਹਰ ਡੇਰੇ ਵਿਖੇ ਜਾ ਕੇ ਬ੍ਰਾਹਮਣ ਦਾ ਪੁੱਤਰ ਜਿਉਂਦਾ ਹੋਇਆ ਸੀ ਸੋ ਇਸ ਪ੍ਰਕਾਰ ਜਿਹੜੇ ਪ੍ਰਸੰਗ ਹਨ ਅਗਲੇ ਦੀਵਾਨ ਵਿੱਚ ਸਰਵਣ ਕਰਨੇ ਇੱਥੋਂ ਤੱਕ ਕਥਾ ਵਿਚਾਰ ਕਰਦੇ ਹਾਂ ਹੋਈਆਂ ਭੁੱਲਾਂ ਦੀ ਖਿਮਾ ਅਗਾਹਮ ਆਸਤੇ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਔਰ ਗੁਰੂ ਕੀ ਸੰਗਤ ਉਸ ਮੱਤ ਬਖਸ਼ਣ ਹਰੋ ਅੱਗੇ ਤੋਂ ਮਹਾਰਾਜ ਸਾਹਿਬ ਕਿਰਪਾ ਕਰਕੇ ਇਸ ਮੱਤ ਬਖਸ਼ਿਸ਼ ਕਰਨਾ ਜੀ ਸ੍ਰੀ ਸਤ ਗੁਰ ਹਰਿ ਰਾਏ ਕੋ ਹਤੋ ਜਹਾਂ ਬਰਪੌਰ ਮ੍ਰਿਤ ਸੁਤ ਕੋ ਤਹ ਪਾਏ ਕਰ ਦੰਪਤ ਰੋਦ ਤਰੌਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ